ਬੜਾ ਸਰੀਰ ਦੇ ਵਿੱਚ ਜ਼ੋਰ ਵੀ ਸੀਗਾ ਉਸ ਵਕਤ ਹੀ ਮੇਰਾ ਖਿਆਲ ਅੰਦਰੋਂ ਟੁੱਟੇ ਹੋ ਤੁਸੀਂ ਮੇਰੀ ਚੈਸਟ ਖਰਾਬ ਹੋ ਗਈ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਅਤੇ ਡਾਕਟਰ ਨੇ ਪਹਿਲੀ ਗੱਲ ਇਹ ਪੁੱਛੀ ਕਿ ਸਟੀਰੋਇਡਸ ਲੈਂਦੇ ਸੀ ਇਹ ਉਹਨਾਂ ਦਾ ਹੀ ਕਾਰਨ ਸੀ ਨਾ ਦੁਆ ਕੰਮ ਆਉਂਦੀ ਪਈ ਸੀ ਨਾ ਦਵਾ ਕੰਮ ਆਉਂਦੀ ਪਈ ਸੀ ਬੜੇ ਤਕੜੇ ਹੁੰਦੇ ਆ ਬੜੇ ਸਿਹਤਮੰਦ ਹੁੰਦੇ ਆ ਪਰ ਪਤਾ ਲੱਗਦਾ ਕਿ ਹਾਰਟ ਅਟੈਕ ਹੋ ਗਿਆ ਇੱਕ ਏਜ ਆ ਕੰਪਲੈਨ ਬੋਰਨਵੀਟਾ ਪੀਣ ਵਾਲੇ ਉਸ ਨੂੰ ਤੁਸੀਂ ਪ੍ਰੋਟੀਨ ਸਪਲੀਮੈਂਟ ਫੜਾ ਦਿਓ ਤੀਸਰਾ ਜਿਹੜਾ ਸਭ ਤੋਂ ਵੱਡਾ ਰੀਜ਼ਨ ਆ ਕੁੜੀਆਂ ਫਸਾਉਣ ਵਾਸਤੇ ਤੇ ਤੁਹਾਡਾ ਸਪਰਮ ਕਾਊਂਟ ਆ ਜਿਹੜਾ ਬਹੁਤ ਘਟ ਚੁੱਕਿਆ ਹੌਲੀ ਹੌਲੀ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਮੈਂ ਜਦੋਂ ਲੀਵਰ ਸੀਗਾ ਜੋ ਉਹ ਤਕਰੀਬਨ ਲਾ ਲਓ ਕਿ 30% ਡੈਮੇਜ ਹੋ ਗਿਆ ਸੂਸਾਈਡ ਦਾ ਵੀ ਆਇਆ ਦਿਮਾਗ ਵਿੱਚ ਉਹਨੇ ਆਹ ਚੀਜ਼ ਲਈ ਸੀ ਉਹਨੇ ਆਹ ਚੀਜ਼ ਵਰਤੀ ਸੀ ਉਹਨੇ ਫਲਾਣੇ ਟੀਕੇ ਲਾਏ ਸੀ ਹੁਣ ਵਾਸ਼ ਕਰਵਾ ਦਿੱਤਾ 8ਵੀਂ ਫੇਲ ਬੰਦਾ ਟ੍ਰੇਨਿੰਗ ਦਿੰਦਾ ਪਿਆ ਆ ਤੇਰੇ ਚੋਂ ਨਿਕਲੇ ਕਿਵੇਂ ਖੁਦਾ ਨੇ ਗੱਲ ਬੋਲੀ ਕਿ ਚਾਹੇ ਤੈਨੂੰ ਪੂਰੀ ਦੁਨੀਆ ਛੱਡ ਦਵੇ ਪਰ ਮੈਂ ਤੈਨੂੰ ਨਹੀਂ ਛੱਡੂੰਗਾ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼सत श्री अकाल दोस्तों मैं ताड़ा अपना बिट्टू चकवाला अज के इस प्रोग्राम से डेली वाज के नाल जुड़े समुचे दोस्तों का मैं बहुत बहुत स्वागत करदा दोस्तों अज के इस प्रोग्राम के असी पंजाब के नौजवानों के लिए एक बड़ा सुनेहा लेके आए हैं नौजवानों के एक आम करके रुझान होंदा है कि मैं शरीर बनाना मैं सेहत बनानी मैं खेडां दे खेत्र दे विच जाना तो उस वक्त तो कई बार कई कदे ना कदे गलत हत्थां दे विच चढ़ के अपनी सेहत बिगाड़ बैठते हैं सेहत बिगाड़ते हैं गलत मलत चीज़ा खा के वो चीज़ा की ने वो किमें आउंदियां ने ते उन्हां दे विच किहड़े किहड़े जिहड़े विकार उन्हां नूं खाण दे नाल पैदा हुंदे ने ते शरीर कित्थों तों कित्थे तक चलिया जांदा इस बाबत गल्लबात करन दे लई साडे नाल बाई संजीव जलंधर तों अज दे इस प्रोग्राम दे विच हाजर रहणगे क्योंकि दोस्तों बहुत सारे सानूं अजिहे सवाल अजिहे मौके वेखण नूं जिंदगी दे विच आउंदे ने आपां वेखदे हां कि नौजवानां दे विच किसे नूं डिप्रैशन हो गया मानसिक तनाव वधदा है सैक्स समस्यावां आ जांदियां ने ਸਰੀਰ ਦੀਆਂ ਜਿਹੜੀਆਂ ਅਲਾਮਤਾਂ ਨੇ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰੀਰ ਘੇਰਿਆ ਜਾਂਦਾ ਉਹਨਾਂ ਦੇ ਨਾਲ ਉਹ ਕਿਉਂ ਹੁੰਦਾ ਆਖਰ ਅਜਿਹੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਰੀਰ ਨੂੰ ਘੇਰ ਲੈਂਦੀਆਂ ਨੇ ਇਸ ਬਾਬਤ ਆਪਾਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਈ ਜੀ ਉਹਨਾਂ ਦੇ ਨਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਾਈ ਜੀ ਜਿਸ ਤਰ੍ਹਾਂ ਮੈਂ ਤੁਹਾਡੀ ਜ਼ਿੰਦਗੀ ਬਾਰੇ ਥੋੜ੍ਹਾ ਜਾਣਿਆ ਤਾਂ ਮੈਨੂੰ ਪਤਾ ਲੱਗਿਆ ਕਿ ਤੁਹਾਡਾ ਜਿਹੜਾ ਪਹਿਲਾ ਮਨ ਦੇ ਵਿੱਚ ਜਿਹੜਾ ਚਾਹ ਮਲਾਰ ਸੀ ਉਹ ਸੀਗਾ ਕ੍ਰਿਕਟਰ ਬਣਨ ਦਾ ਹਾਂਜੀ ਪਰ ਕ੍ਰਿਕਟਰ ਤੋਂ ਤੁਸੀਂ ਜਿਹੜਾ ਬਾਡੀ ਬਿਲਡਿੰਗ ਦਾ ਸ਼ੌਂਕ ਉਹ ਕਿਵੇਂ ਪਾਲ ਲਿਆ ਐਕਚੁਅਲੀ ਜਦੋਂ ਮੈਂ ਕ੍ਰਿਕਟ ਖੇਡਦਾ ਸੀਗਾ ਤੇ ਫੈਮਿਲੀ ਵਿੱਚ ਕਾਫੀ ਫਾਈਨੈਂਸ਼ੀਅਲ ਇਸ਼ੂਜ਼ ਆ ਗਏ ਜਿਹਦੇ ਕਰਕੇ ਮੇਰੀ ਫੈਮਿਲੀ ਤੁਹਾਨੂੰ ਪਤਾ ਹੈ ਕਿ ਕ੍ਰਿਕਟ ਦੀਆਂ ਕਿੱਟਸ ਕਿੰਨੀਆਂ ਮਹਿੰਗੀਆਂ ਆਉਂਦੀਆਂ ਹਨ ਬੈਟ ਹੋ ਗਿਆ ਜਾਂ ਪੈਡ ਹੋ ਗਿਆ ਜੀ ਕੋਈ ਵੀ ਬੈਟ ਹੋਵੇ 6 ਮਹੀਨੇ ਤੋਂ ਜ਼ਿਆਦਾ ਕੱਢਦਾ ਨੇਗਾ ਤੇ ਫਿਰ ਮੈਨੂੰ ਥੋੜਾ ਪਰਸਨਲੀ ਫੀਲ ਹੋਣ ਲੱਗਾ ਕਿ ਮੈਨੂੰ ਇਸ ਗੇਮ ਤੋਂ ਹਟ ਜਾਣਾ ਚਾਹੀਦਾ ਹੈ ਸੋ ਜਿਮ ਮੈਂ ਸਿਰਫ ਇੱਕ ਸ਼ੌਂਕੀਆ ਤੌਰ ਤੇ ਗਿਆ ਕਿ ਮੈਂ ਆਪਣੀ ਫਿਟਨੈਸ ਨੂੰ ਮੇਨਟੇਨ ਰੱਖਾਂ ਪਰ ਜਦੋਂ ਮੈਂ ਜਿਮ ਵਿੱਚ ਗਿਆ ਤੇ ਕਾਫੀ ਤਰ੍ਹਾਂ ਦੇ ਉੱਥੇ ਐਥਲੀਟਸ ਆਉਂਦੇ ਸੀਗੇ ਕਬੱਡੀ ਪਲੇਅਰ ਆਉਂਦੇ ਸੀ ਰੈਸਲਰ ਆਉਂਦੇ ਸੀ ਬੋਡੀ ਬਿਲਡਰ ਆਉਂਦੇ ਸੀ ਤੇ ਬਹੁਤ ਸਾਰੇ ਮੈਂਬਰ ਜਦੋਂ ਉਹਨਾਂ ਨੇ ਆਣਾ ਤੇ ਉਹਨਾਂ ਨੂੰ ਰਿਸਪੈਕਟ ਦਿੰਦੇ ਸੀ ਬੁਲਾਣਾ ਫੇ ਕਦੀ ਪਿੱਠ ਪਿੱਛੇ ਗੱਲਾਂ ਕਰਨਾ ਯਾਰ ਆ ਬੰਦੇ ਦੀ ਫਿਜ਼ੀਕ ਬਹੁਤ ਵਧੀਆ ਹੈ ਬੋਡੀ ਬਹੁਤ ਵਧੀਆ ਹੈ ਮੈਂ ਵੀ ਇੱਦਾਂ ਦਾ ਬਣਨਾ ਚਾਹੁੰਦਾ ਹਾਂ ਜੀ ਤੇ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਚਾਹਤ ਆਈ ਕਿ ਚਲੋ ਕ੍ਰਿਕਟ ਤਾਂ ਛੱਡ ਦਿੱਤੀ ਆ ਮੈਂ ਥੋੜ੍ਹਾ ਇਸ ਲਾਈਨ ਵੱਲ ਟਰਾਈ ਕਰਦਾ ਹਾਂ ਬਿਲਕੁਲ ਪਰ ਮੈਨੂੰ ਅੰਦਾਜ਼ਾ ਨਹੀਂ ਸੀਗਾ ਕਿ ਇਹ ਗੇਮ ਕ੍ਰਿਕਟ ਨਾਲੋਂ ਵੀ ਕਿਤੇ ਬਹੁਤ ਜ਼ਿਆਦਾ ਮਹਿੰਗੀ ਆ ਖਤਰਨਾਕ ਵੀ ਆ ਖਤਰਨਾਕ ਵੀ ਆ ਹੁਣ ਅਗਰ ਆਪਾਂ ਬੋਡੀ ਬਿਲਡਿੰਗ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੈ ਕਿ ਡਾਈਟ ਦਾ ਖਰਚਾ ਅਲੱਗ ਸਪਲੀਮੈਂਟਸ ਦਾ ਅਲੱਗ ਤੇ ਮਹੀਨੇ ਦਾ ਤੁਹਾਨੂੰ ਖਰਚਾ ਹੀ 20-25 ਹਜ਼ਾਰ ਚਾਹੀਦਾ ਆ ਪਰ ਉਦੋਂ ਤੱਕ ਕੋਈ ਇੱਦਾਂ ਦਾ ਅੰਦਾਜ਼ਾ ਨਹੀਂ ਸੀਗਾ ਔਰ ਇਹ ਮੈਂ ਗੱਲ ਕਰਦਾ ਪਿਆ 2011 ਦੀ ਇਹ 9 ਸਾਲ ਪਹਿਲਾਂ ਦੀ ਗੱਲ ਆ ਅੱਜ ਕੱਲ੍ਹ ਤਾਂ ਤੁਸੀਂ ਦੇਖਦੇ ਹਾਂ ਕਿ ਇੰਟਰਨੈਟ ਕਿੰਨਾ ਮਤਲਬ ਯੂਥ ਯੂਜ਼ ਕਰਦਾ ਹੈ ਕਿ ਟ੍ਰੇਨਰਸ ਆ ਯੂਟਿਊਬ 'ਤੇ ਤੁਹਾਨੂੰ ਨੌਲੇਜ ਦਿੰਦੇ ਆ ਜਾਂ ਤੁਸੀਂ ਕੁਛ ਵੀ ਗੂਗਲ 'ਤੇ ਦੇਖ ਸਕਦੇ ਹੋ ਪਰ ਉਸ ਟਾਈਮ 'ਤੇ ਇੱਦਾਂ ਦਾ ਕੁਛ ਨਹੀਂ ਸੀਗਾ ਹੈਗਾ ਵੀ ਹੋਊਗਾ ਪਰ ਜ਼ਿਆਦਾਤਰ ਫੋਰਨਰ ਦੇ ਟ੍ਰੇਨਰਸ ਪ੍ਰੋਵਾਈਡ ਕਰਦੇ ਸੀ ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਆਪਣਾ ਪੰਜਾਬੀ ਯੂਥ ਆ ਇੰਗਲਿਸ਼ ਵਿੱਚ ਥੋੜ੍ਹਾ ਕਿਤੇ ਨਾ ਕਿਤੇ ਢਿੱਲਾ ਹੀ ਆ ਨਹੀਂ ਜਾਂਦੇ ਉੱਧਰ ਨੂੰ ਨਹੀਂ ਜਾਂਦੇ ਅਤੇ ਮੈਂ ਜਦੋਂ ਕੋਚ ਦੇ ਨਾਲ ਗੱਲ ਕੀਤੀ ਕਿ ਮੈਂ ਬੋਡੀ ਬਿਲਡਿੰਗ ਕਰਨਾ ਚਾਹੁੰਦਾ ਹਾਂ ਅੱਜ ਦੇ ਟਾਈਮ 'ਤੇ ਵੀ ਤੁਸੀਂ ਦੇਖੋ ਕਿ ਅਗਰ ਕੋਈ ਜਿਮ ਦੇ ਵਿੱਚ ਜਾਏਗਾ ਉਹਨੇ ਇਹ ਨਹੀਂ ਕਹਿਣਾ ਕਿ ਮੈਂ ਫਿੱਟ ਹੋਣਾ ਚਾਹੁੰਦਾ ਹਾਂ ਉਹਨੇ ਇਹੀ ਬੋਲਣਾ ਮੈਂ ਬੋਡੀ ਬਿਲਡਿੰਗ ਕਰਨਾ ਚਾਹੁੰਦਾ ਹਾਂ ਜਦਕਿ ਫਿਟਨੈਸ ਇੱਕ ਅਲੱਗ ਚੀਜ਼ ਆ ਬੋਡੀ ਬਿਲਡਿੰਗ ਇੱਕ ਅਲੱਗ ਚੀਜ਼ ਆ ਅਤੇ ਕੋਚ ਵੀ ਉਦੋਂ ਉੱਦਾਂ ਦੇ ਸੀਗੇ ਅੱਜ ਤਾਂ ਚਲੋ ਸਟੱਡੀਜ਼ ਹੁੰਦੀਆਂ ਆ ਸਰਟੀਫਿਕੇਸ਼ਨਸ ਹੁੰਦੀਆਂ ਆ ਉਦੋਂ ਬਹੁਤ ਘੱਟ ਸੀ ਪੰਜਾਬ 'ਚ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਊਗਾ ਜੀ ਜੀ ਕੋਈ ਇੱਕੀ ਦੁੱਕੀ ਸੀ ਅਤੇ ਜਦੋਂ ਉਹਨਾਂ ਨੇ ਮੈਨੂੰ ਗੇਮ ਕਰਵਾਉਣੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਹੱਥ ਟਾਈਟ ਹੋਣਾ ਸ਼ੁਰੂ ਹੋ ਗਿਆ ਅੱਛਾ ਆਰਥਿਕ ਤੌਰ 'ਤੇ ਕਿ ਆਹ ਤੁਹਾਨੂੰ ਸਪਲੀਮੈਂਟ ਖਾਣਾ ਪੈਣਾ ਹੋਣਾ ਨਹੀਂ ਤਾਂ ਡੱਬੇ ਦੇ ਬਿਨਾਂ ਤੁਹਾਡੇ ਕੋਲ ਬੋਡੀ ਨਹੀਂ ਬਣਨੀ ਪੰਜਾਬੀ ਵਿੱਚ ਸਪਲੀਮੈਂਟ ਤਾਂ ਕੋਈ ਖੇਂਦਾ ਹੀ ਨਹੀਂਗਾ ਉਹਨਾਂ ਨੂੰ ਤਾਂ ਡੱਬਾ ਹੀ ਚਾਹੀਦਾ ਸਾਨੂੰ ਡੱਬਾ ਚਾਹੀਦਾ ਜਾਂ ਕਹਿਣਗੇ ਸਮਾਨ ਕਰ ਸਮਾਨ ਹਾਂ ਸਟੀਰੋਇਡਸ ਲੈ ਲਓ ਬਿਲਕੁਲ ਅਗਰ ਡੱਬੇ ਨਾਲ ਨਹੀਂ ਬਣੀ ਤਾਂ ਫਿਰ ਅਗਲਾ ਸਟੈਪ ਸਟੀਰੋਇਡਸ ਹੁੰਦਾ ਹੈ ਹੁਣ ਡੱਬਾ ਆ ਹੁਣ ਤੁਸੀਂ ਕੋਈ ਵੀ ਬੰਦਾ ਆ 6,000-7,000 ਤੋਂ ਘੱਟ ਡੱਬਾ ਨਹੀਂ ਆਉਂਦਾ
अगर तुम गेनर लैना तो 3500 तो घट नहीं आता। हुण खुद सोचो अगर एक फैमिली की इनकम ही मंथली 15000 हो तो बिचों 7000 का डब्बा आ जाए तो बाकी खुराक बंदा की खावे की खाऊगा। बिल्कुल। तो ये जो चीज़ हुई चलो लगे रहे, मेरे कुछ रैलेटिव भी है फोरन के, उन्होंने थोड़ी जी मेरी मदद की कि मुंडा चलो एक वधिया स्पोर्ट्स वाल जा रहा है, उन्होंने लगता सी कि बहुत वधिया है कि चलो साढ़े फैमिली का नाम रोशन करेगा। अच्छा, इतने संजीव एक गल है, तुम क्रिकेट तो बॉडी बिल्डिंग का जो सफर है वह शुरू कर लिया, तुहानू तुहाडे परिवार ने भी सपोर्ट करती, तुसी जां सौखे शब्दां च कह लईए डब्बे लैने शुरू करते, उस तो बाद तुसी कंपीटीशनां च कित्थे तक पहुंचे, कोई प्राप्ति भी सी? मैं मिस्टर पंजाब तक खेलिया। अच्छा। मिस्टर पंजाब खेलिया, मिस्टर जलंधर खेलिया, मिस्टर इंडिया भी मैं ट्राई किया पर उस विच कोई खास प्लेस नहीं आई। हुण की हो रहा आ अपने इत्थे कि कोई रूल नहीं हैगा, तुसी अगर फस्ट टाइम भी कॉम्पीटिशन खेल रहे हो ना तुसी डायरैक्ट मिस्टर इंडिया खेल सकते हो। तो यूथ नूं अद्दा लगता कि मैं यार नैशनल लैवल का प्लेयर हाँ, जबकि एक रूल होना चाहिए है कि तुम पहले डिस्ट्रिक्ट बनो फिर अगे जाके बनो स्टेप बाय स्टेप, स्टेप बाय स्टेप, वो स्टेप नहीं है इतने। तो जो एक हूँ ओबियस सिंपल जी गल है, एक 17-18 साल का लड़का अगर तुम उन्होंने मिस्टर पंजाब की स्टेज पर खड़ा कर दो और दूसरा तीसरा कॉम्पीटिशन वो अंदर तो अपने आप ईगो आनी कि मैं पता नहीं यार की बन गया, ये चीज आंदी है। थोड़ी थोड़ी जिवें तुसी दस्या उदो 18 कबरियां दी उम्र सी जदों तुसी पूरे शिखर ते सीगे, उस वक्त मेरा ख्याल तुहाडे डोले भी पूरे फर्क दे सी, बड़ा शरीर दे विच जोर भी सीगा, उस वक्त ही मेरा ख्याल अंदरों टुटे हो तुसी। उस तो बाद हुई प्रॉब्लम जदों बहुत ज़्यादा खर्चा वध गया, लाइक लगा लो कि महीने का जदों 50,000 तक खर्चा चला गया कि सप्लीमेंट्स भी आ गए, स्टीरॉयड्स भी आ गए, डाइट भी खर्चा आ गया कि तुसी, क्योंकि मैं वैजीटेरियन सीगा, पनीर खाना या दुध पीना या कुछ भी आ, जो 50,000 खर्चा चला गया उदों घर दे ने हथ खड़े करते कि नहीं असी हुण अवॉर्ड नहीं कर सकते। अच्छा। इस तो ज़्यादा नहीं कर सकते, फिर मैं थोड़ा स्टैप पिछे लैना पाया पर उदों भी मैं किसी ने गाइड नहीं किया कि अगर तुम बॉडी बिल्डिंग की स्टीरोइड्स ले आ, पिछे कुछ PCT हुंदा पोस्ट साइकिल थैरेपी जिद नाल अपने होरमोन बैलेंस रहिंदे आ। अच्छा। कि वह करवाओ, मैं किसी ने एडवाइस नहीं किया, मैं अपने कोच नाल गल की कि मैं कुछ होर लैन की जरूरत है, कहिंदा नहीं नॉर्मल आ सारा कुछ। पर उस तो 6 महीने बाद जो रिजल्ट आया मेरी बॉडी ब्लॉट होनी शुरू हो गई। अच्छा। वेट बढ़ना शुरू हो गया, मेरी चेस्ट खराब हो गई, मैं डिप्रैशन की प्रॉब्लम हो गई, रात में नींद नहीं आती सी मैं। अच्छा। उपर एक होर जो सब तो वड्डी प्रॉब्लम सी कि मेरे अंदर गुस्से वाली एक कह नहीं देंदे एटीट्यूड आ गया, हर वक्त मैं चिड़चिड़ा हो गया। अच्छा। चिड़ी आना मैं किसी ने कुछ बोल दिता मैं गुस्सा कर लैना, किसी रास्ते में जाते अगर किसी ने मैं, मेरा एक एक्सपीरियंस दसदा मैं तुहानू जी, मैं बाइक पर जा रहा तो मेरे अगे एक लड़का सीगा फोन पर लगा हुआ। अच्छा। तो मैं हुण बंदे नूं हुंदा यार की करदा पिया, मैं निकलना आ, मैं उस पर गुस्सा आया इन्ना, बाइक रोक के मैं लड़ पिया हुंना। अच्छा। जबकि मेरा अद्दा नेचर नहीं सीगा पहला, उदों मैं बैठ के सोचा कि एकदम होया कि मैनू, बंदा सोचता कि पहला तो मैं अद्दा है नहीं सीगा, बिल्कुल एकदम ये किवें बदला, एकदम कि बदलाव आ गया, घर लड़ पैना, भांडे सट्टन लग जाने, अद्दा दीआं चीज़ां होण लग गईआं। उदों फिर थोड़ा जिहा मैं इस चीज़ बारे सोचिआ, तो फिर एक बार मेरे फादर साहब न्यूज़पेपर पढ़ते पे सके तो उत्थे एक चेस्ट कैंसर का आर्टिकल से, तो जो मेरे फादर साहब ने आर्टिकल देखा तो जो चेस्ट की शेप वो पिक्चर के सेम शेप मेरी। अच्छा। तो मेरे फादर साहब देख के बड़ा हैरान हो, कहिंदे कोई प्रॉब्लम लगती पई है, कहिंदा डॉक्टर नूं चैक करवा। जो डॉक्टर को गया तो डॉक्टर ने चैक करवाया तो मेरे अंदरों सारे होरमोनस, मेरे ऑर्गन्स खराब हुए, मेरा जो लीवर सीगा जो वो तकरीबन ला लो कि 30% डैमेज हो गया। संजीव भाई जिस तरह तुम दस रहे हो कि तुम चिड़चिड़ा पाना आना शुरू हो गया, तुम अपने शरीर की अलामत तुम दस लग गई कि अंदर कुछ ठीक नहीं है सारा कुछ, ये तुम क्लीयर कर लिया मन के कि सारा कुछ जो पाउडर खाते ने स्टीरोइड ले ने ज होर जिन्ना भी तुम खा सके उस समय समान जो अपनी बॉडी लिए उन्हों का ही कारण से? नहीं मैं उदों तक इस गल का नहीं पता सगा, मैनू नहीं पता सीगा कि सप्लीमेंट खाने के नाल ये कुछ होया है या स्टीरॉयड्स नाल कुछ होया है, क्योंकि उस वो एज इदा की होंगी बंदा ज़्यादा सोचता नहीं गा, ज़्यादा इन्नी टेंशन नहीं लेंदे, तुसी भी देखा ना जो यूथ है ज़्यादा इन्ना टेंशन नहीं लेंदा। बिल्कुल। तो जो मैं डॉक्टर को गया जो मैं अपने टेस्ट करवाए सारे टेस्ट करवाए तो उदों जो उन्होंने मेरा ब्लड टेस्ट किया सारा कुछ किया तो डॉक्टर ने पहली गल यही पूछी कि स्टीरॉयड्स लेंदे सी, तो मैं कहा हाँ जी लेंदा सी, कहिंदा केड़ी केड़ी स्टीरॉयड ली, हुण मैं की दसा केड़ी केड़ी ली, क्योंकि जो भी मैनू समान देंदे सी लेबल उतार के देंदे सी जां खुला देंदे सी, लेबल ला के दित्ता जांदा, ला के दे देंदे सीगे कि पता ना लगे कि मैं की लै रहा, की लै रहा, और टैबलेट भी खुल्लियां देंदे सीगे लफाफे दे विच। अच्छा। ते कई बार सप्लीमेंट भी खुला देंदे सी कि असीं खुद बनांदे आ देसी आ वधिया आ कोई नुकसान नहीं होवेगा,
ਅੱਧਾ ਤਾਂ ਸ਼ਾਇਦ ਅੱਧਾ ਦਾ ਜੋ ਵੀ ਮੇਰਾ ਇੰਟਰਵਿਊ ਸੁਣਦੇ ਆ ਸ਼ਾਇਦ ਹੋਰ ਵੀ ਭਰਾਵਾਂ ਨਾਲ ਅੱਧਾ ਦਾ ਹੋਇਆ ਹੋਵੇ ਹੋ ਰਿਹਾ ਹੈਗਾ ਕਿ ਖੁੱਲ੍ਹਾ ਸਮਾਨ ਦਿੰਦੇ ਆ ਬਿਲਕੁਲ ਜਦਕਿ ਬਿਲਕੁਲ ਰੋਂਗ ਆ ਇਹ ਬਿਲਕੁਲ ਗਲਤ ਆ ਜਦੋਂ ਤੱਕ ਤੁਹਾਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈਗਾ ਤੁਸੀਂ ਕੀ ਦੱਸੋਗੇ ਡਾਕਟਰ ਨੂੰ ਬਿਲਕੁਲ ਹੁਣ ਅਗਰ ਤੁਹਾਨੂੰ ਫੀਵਰ ਆ ਤੁਸੀਂ ਬੁਖਾਰ ਦੱਸੋਗੇ ਡਾਕਟਰ ਉਸ ਹਿਸਾਬ ਨਾਲ ਦਵਾਈ ਦੇਵੇਗਾ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਕੀ ਲਿਆ ਕੀ ਖਾਧਾ ਹੈ ਬਿਲਕੁਲ ਉਸ ਚੀਜ਼ ਨੇ ਮੈਨੂੰ ਜ਼ਿਆਦਾ ਖਰਾਬ ਕਰ ਦਿੱਤਾ ਤੇ ਜਦੋਂ ਮੈਨੂੰ ਡਾਕਟਰ ਨੇ ਦੱਸਿਆ ਕਹਿੰਦਾ ਕੋਈ ਗੱਲ ਨਹੀਂ ਠੀਕ ਹੋ ਜਾਏਗਾ 3 ਮਹੀਨੇ ਦੀ ਮੈਡੀਸਨ ਚੱਲੇਗੀ ਮੈਂ ਕਿਹਾ ਚਲੋ ਠੀਕ ਆ ਮੈਂ ਮੈਡੀਸਨ ਲਈ ਆਪਣੀ ਖਾਂਦਾ ਰਿਹਾ ਜਿੱਦਾਂ ਮੈਡੀਸਨ ਖਾਧੀ ਠੀਕ ਤਾਂ ਹੋਇਆ ਪਰ ਜਿੱਦਾਂ ਹੀ ਛੱਡੀ ਫਿਰ ਪ੍ਰੋਬਲਮ ਸ਼ੁਰੂ ਹੋ ਗਈ ਫਿਰ ਪ੍ਰੋਬਲਮ ਸ਼ੁਰੂ ਹੋ ਗਈ ਇੱਦਾਂ ਹੀ ਕਰਦੇ ਕਰਦੇ 5 ਸਾਲ ਨਿਕਲ ਗਏ ਮੇਰੇ ਜਵਾਨੀ ਦੇ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਕਰਾਂ ਮੈਂ ਕੀ ਨਾ ਕਰਾਂ ਉਦੋਂ ਮੈਂ ਇੱਕ ਡਿਸੀਜ਼ਨ ਲਿਆ ਮੈਂ ਕਿਹਾ ਮੈਨੂੰ ਹੁਣ ਕੋਈ ਸਟੈਪ ਲੈਣਾ ਪੈਣਾ ਆ ਕਿਉਂਕਿ ਮੈਂ ਪਿੱਛੇ ਤਾਂ ਹਟ ਨਹੀਂ ਸਕਦਾ ਸੂਸਾਈਡ ਦਾ ਵੀ ਆਇਆ ਦਿਮਾਗ ਵਿੱਚ ਕਿ ਮੈਂ ਆਤਮ ਹੱਤਿਆ ਕਰ ਲਵਾਂ ਅੱਛਾ ਕਿਉਂਕਿ ਨਾ ਦੁਆ ਕੰਮ ਆਉਂਦੀ ਪਈ ਸੀ ਨਾ ਦਵਾ ਕੰਮ ਆਉਂਦੀ ਪਈ ਸੀ ਮੈਨੂੰ ਇੱਕ ਟਾਈਮ ਅੱਧਾ ਲੱਗਾ ਕਿ ਮੈਂ ਆਪਣੇ ਘਰਦਿਆਂ 'ਤੇ ਬੋਝ ਪਾਉਂਦਾ ਪਿਆ ਹਾਂ ਕਿਉਂਕਿ ਪੈਸਾ ਲੱਗਦਾ ਸੀਗਾ ਮਹੀਨੇ ਦਾ 20-25 ਹਜ਼ਾਰ ਰੁਪਈਆ ਲੱਗਣਾ ਦਵਾਈਆਂ ਦੇ ਪਰ ਰਿਕਵਰੀ ਫਿਰ ਵੀ ਨਹੀਂ ਉਦੋਂ ਫਿਰ ਮੈਂ ਇੱਕ ਡਿਸੀਜ਼ਨ ਲਿਆ ਕਿ ਮੈਂ ਕਿਹਾ ਯਾਰ ਸੂਸਾਈਡ ਵੀ ਅਗਰ ਮੈਂ ਕਰ ਲਿਆ ਤਾਂ ਕਿਸੇ ਦਾ ਕੀ ਜਾਣਾ ਹੈ ਜਾਂ ਤਾਂ ਮੈਨੂੰ ਕੁਛ ਅੱਧਾ ਦਾ ਸਟੈਪ ਲੈਣਾ ਚਾਹੀਦਾ ਕਿ ਮੇਰੇ ਵਰਗੇ ਜਿੰਨਿਆਂ ਨਾਲ ਇਹ ਚੀਜ਼ਾਂ ਹੋਣਦੀਆਂ ਉਹ ਬਚਣ ਉਹ ਬਚਣ ਕਿਵੇਂ ਉਹ ਕਿੱਦਾਂ ਬਚਣ ਅਤੇ ਅੱਗੇ ਯੂਥ ਨੂੰ ਮੈਸੇਜ ਮਿਲੇ ਇਹ ਗੱਲ 2012-13 ਦੀ ਆ ਉਹ ਕਰਦੇ ਕਰਦੇ ਅੱਜ 2020 ਆ ਗਿਆ ਪਰ ਮੈਂ ਕਹਾਂਗੀ ਇਸ ਗੱਲ 'ਤੇ ਮੈਂ ਹਿੰਮਤ ਨਹੀਂ ਹਾਰੇ ਸਬਰ ਦੇ ਨਾਲ ਚੱਲਦਾ ਰਿਹਾ ਅੱਜ ਅਗਰ ਮੈਂ ਆਪਣੀ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਅਤੇ ਮੇਰੇ ਕੋਲ 12 ਫਿਟਨੈਸ ਦੀਆਂ ਸਰਟੀਫਿਕੇਸ਼ਨਸ ਆ ਜੋ ਸਿਰਫ USA ਤੋਂ ਕੀਤੀਆਂ ਮੈਂ ਅੱਛਾ ਕਿਉਂਕਿ ਇੰਡੀਆ ਦੇ ਵਿੱਚ ਇਹ ਸਰਟੀਫਿਕੇਸ਼ਨਸ ਹੁੰਦੀਆਂ ਹੀ ਨਹੀਂ ਗਈਆਂ ਲੈਵਲ 3 ਤੱਕ ਆ ਤੁਸੀਂ ਔਨਲਾਈਨ ਸਟੱਡੀ ਕੀਤੀ ਔਨਲਾਈਨ ਸਟੱਡੀ ਕੀਤੀ ਆ ਅੱਜ ਕੱਲ੍ਹ ਦਾ ਯੂਥ ਕੀ ਆ ਭੇਡ ਚਾਲ ਚੱਲਦੀ ਆ ਕਿ ਅਸੀਂ ਫੋਰਨ ਦੇ ਬੋਡੀ ਬਿਲਡਰਸ ਵੱਲ ਦੇਖ ਰਹੇ ਹਾਂ ਅਤੇ ਸਾਨੂੰ ਵੀ ਉੱਦਾਂ ਦੀ ਬੋਡੀ ਚਾਹੀਦੀ ਆ ਅਸੀਂ ਮਿਸਟਰ ਓਲੰਪੀਆ ਬਣਨਾ ਆ ਅਸੀਂ ਵਰਲਡ ਚੈਂਪੀਅਨ ਬਣਨਾ ਆ ਪਰ ਉਹ ਇਹ ਨਹੀਂ ਦੇਖਦੇ ਕਿ ਅਗਰ ਇੱਕ ਬੰਦਾ ਮਿਸਟਰ ਓਲੰਪੀਆ ਬਣਿਆ ਤਾਂ ਉਹਨੂੰ 20 ਸਾਲ ਲੱਗੇ ਆ 20 ਸਾਲ ਲੱਗੇ ਅੱਜ ਕੱਲ੍ਹ ਦੇ ਟ੍ਰੇਨਰ ਕੀ ਬੋਲਦੇ ਆ ਦੋ ਸਾਨੂੰ ਪੈਸੇ ਤੁਹਾਨੂੰ ਅਸੀਂ 2 ਸਾਲ 'ਚ ਉੱਥੇ ਪਹੁੰਚਾ ਦੇਵਾਂਗੇ ਮੇਰਾ ਕੋਚ ਹੁੰਦਾ ਸੀਗਾ ਉਹਨੇ ਇਹੀ ਗੱਲ ਕਹਿਣੀ ਤੂੰ 5 ਸਾਲ 'ਚ ਉੱਥੇ ਹੋਏਗਾ ਹੁਣ ਇੱਕ 17-18 ਸਾਲ ਦੇ ਬੱਚੇ ਨੂੰ ਤੁਸੀਂ ਇੱਦਾਂ ਦੀ ਗੱਲ ਬੋਲੋ ਬੱਚੇ ਨੇ ਤਾਂ ਸੁਪਨੇ ਸਜਾ ਹੀ ਲੈਣੇ ਆ ਬਿਲਕੁਲ ਇਹ ਜਿਹੜੀ ਜਲਦਬਾਜ਼ੀ ਹੈ ਨਾ ਇਹ ਲੈ ਬੈਠਦੀ ਬੰਦੇ ਨੂੰ ਅੱਛਾ ਤੁਸੀਂ ਤਾਂ ਇਹ ਚੀਜ਼ 'ਚੋਂ ਲੰਘੇ ਹੋ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਬਹੁਤ ਸਾਰੇ ਜਿਹੜੇ ਅਸੀਂ ਨੌਜਵਾਨਾਂ ਦੇ ਵਿੱਚ ਵੇਖਦੇ ਹਾਂ ਕਿ ਬੜੇ ਵੱਡੇ ਡੌਲੇ ਹੁੰਦੇ ਨੇ ਬੜਾ ਸਰੀਰ ਬਣਾਇਆ ਹੁੰਦਾ ਕਈਆਂ 'ਤੇ ਤਾਂ ਕੁਦਰਤ ਦੀ ਵੀ ਕਿਰਪਾ ਹੁੰਦੀ ਹੈ ਕਈਆਂ ਦੀ ਮਿਹਨਤ ਵੀ ਹੁੰਦੀ ਹੈ ਪਰ ਬਹੁਤੇ ਕਿਤੇ ਨਾ ਕਿਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪ੍ਰੋਡਕਟਸ ਜਿਹੜੇ ਉਹ ਵਰਤਦੇ ਨੇ ਉਹਨਾਂ ਦਾ ਵੀ ਉਹ ਨਤੀਜਾ ਹੁੰਦਾ ਅਤੇ ਇਹ ਸਰੀਰ 'ਤੇ ਕਿੰਨੇ ਕੁ ਅਸਰ ਗਲਤ ਪਾ ਰਹੇ ਨੇ ਐਕਚੁਲੀ ਸਪਲੀਮੈਂਟਸ ਜੋ ਆ ਸਪਲੀਮੈਂਟ ਦੇ ਇੰਨੇ ਨੁਕਸਾਨ ਨਹੀਂ ਹੈਗੇ ਕਿਉਂਕਿ ਅਗਰ ਮੈਂ ਵੇ ਪ੍ਰੋਟੀਨ ਦੀ ਗੱਲ ਕਰਾਂ ਜਾਂ ਮੈਂ BCA ਦੀ ਜਾਂ ਗਲੂਟਾਮੀਨ ਜਿੰਨੇ ਮੇਰੇ ਭਰਾ ਯੂਜ਼ ਕਰਦੇ ਹੋਣੇ ਆ ਇਹਨਾਂ ਦਾ ਕੋਈ ਇੰਨਾ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਵੇ ਪ੍ਰੋਟੀਨ ਬਣਦਾ ਹੀ ਦੁੱਧ ਤੋਂ ਆ ਪਰ ਅਗਰ ਵੇ ਪ੍ਰੋਟੀਨ ਦੇ ਵਿੱਚ ਕੁਛ ਟੈਬਲੇਟਸ ਮਿਕਸ ਕੀਤੀਆਂ ਹੋਵੇ ਜਾਂ ਫੇਕ ਹੋਵੇ ਉਹ ਨੁਕਸਾਨ ਕਰਦਾ ਹੈ ਬਿਲਕੁਲ ਹੁਣ ਜਦੋਂ ਆਪਾਂ ਸਟੀਰੋਇਡਸ ਲੈਂਦੇ ਹਾਂ ਅਗਰ ਮੈਂ ਥੋੜ੍ਹਾ ਜਿਹਾ ਸਟੀਰੋਇਡਸ ਬਾਰੇ ਖੁੱਲ੍ਹ ਕੇ ਗੱਲ ਕਰਾਂ ਸਟੀਰੋਇਡਸ ਕੀ ਕਰਦੀ ਆ ਇੱਕ ਟਾਈਮ 'ਤੇ ਉਹਨੇ ਤੁਹਾਡੀ ਬੋਡੀ ਨੂੰ ਵਧਾਉਣਾ ਆ ਤੁਸੀਂ ਦੇਖਦੇ ਆ ਕਿ ਜਿੰਨੇ ਵੀ ਇੰਜੈਕਟ ਲਗਾਉਂਦੇ ਆ ਸਟੀਰੋਇਡਸ ਦੇ ਬੋਡੀ ਉਹਨਾਂ ਦੀ ਦਿਨਾਂ ਦੇ ਹਿਸਾਬ ਨਾਲ ਵੱਧਦੀ ਆ ਪਰ ਅੰਦਰੋਂ ਜਿਹੜੇ ਔਰਗਨਸ ਆ ਉਹ ਵੀ ਵੱਧਦੇ ਆ ਅੱਛਾ ਅੰਦਰਲੇ ਅੰਗ ਵੀ ਵਧਣੇ ਸ਼ੁਰੂ ਹੋਏ ਅੰਦਰਲੇ ਵੀ ਵਧਣੇ ਸ਼ੁਰੂ ਹੋ ਜਾਣੇ ਦਿਲ ਵਧਣਾ ਸ਼ੁਰੂ ਹੋ ਜਾਣਾ ਗੁਰਦੇ ਵਧਣੇ ਸੋਰੀ ਲੀਵਰ ਵਧਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਕੀ ਹੋਣਾ ਆ ਹਾਰਟ ਫੇਲੀਅਰ ਅੱਛਾ ਲੀਵਰ ਦਿਲ ਕੰਮ ਕਰਨਾ ਬੰਦ ਕਰ ਗਿਆ ਲੀਵਰ ਡੈਮੇਜ ਹੋ ਗਿਆ ਹਾਂ ਫੈਟੀ ਲੀਵਰ ਬਣ ਗਿਆ ਅੱਧਾ ਦੀ ਪ੍ਰੋਬਲਮਸ ਆਉਣ ਲੱਗ ਜਾਂਦੀ ਆਪਾਂ ਬਹੁਤ ਸਾਰੇ ਦੇਖਦੇ ਹਾਂ ਮੇਰਾ ਖਿਆਲ ਮੁੰਡੇ ਜਿਹੜੇ ਬੋਡੀ ਬਿਲਡਿੰਗ ਕਰਦੇ ਆ ਜਾਂ ਹੋਰ ਖੇਡਾਂ ਨਾਲ ਜੁੜੇ ਹੁੰਦੇ ਆ ਜਾਂ ਕਬੱਡੀ ਦੇ ਨਾਲ ਉਹ ਅਕਸਰ ਹੀ ਬੜੀ ਵਧੀਆ ਸਿਹਤ ਦੇਖਣ ਨੂੰ ਹੁੰਦੀ ਆ ਬੜੇ ਤਕੜੇ ਹੁੰਦੇ ਆ ਬੜੇ ਸਿਹਤਮੰਦ ਹੁੰਦੇ ਆ ਪਰ ਪਤਾ ਲੱਗਦਾ ਕਿ ਹਾਰਟ ਅਟੈਕ ਹੋ ਗਿਆ ਹਾਰਟ ਅਟੈਕ ਇੱਕਦਮ ਚਲੇ ਜਾਂਦੇ ਆ ਹੁਣ ਇਹਦੇ ਵਿੱਚ ਕੀ ਪ੍ਰੋਬਲਮ ਆ ਜਦੋਂ ਆਪਾਂ ਸਟੀਰੋਇਡਸ ਲੈਂਦੇ ਆ ਆਪਣੀ ਬੋਡੀ ਦੇ ਵਿੱਚ ਬੈਡ ਕੋਲੇਸਟ੍ਰੋਲ ਵਧਣ ਲੱਗ ਜਾਂਦਾ ਬੈਡ ਕੋਲੇਸਟ੍ਰੋਲ ਹੀ ਤੁਹਾਡੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਬਣਾਉਂਦਾ ਆ ਔਰ ਉਹਦੇ ਕਰਕੇ ਹੀ ਆਪਾਂ ਨੂੰ ਹਾਰਟ ਅਟੈਕ ਆਉਂਦਾ ਹੈ ਜਦੋਂ ਆਪਣੀ ਬੋਡੀ ਦੇ ਵਿੱਚ ਬੈਡ ਕੋਲੇਸਟ੍ਰੋਲ ਵੱਧਦਾ ਹੈ ਨਾ ਆਪਣੇ ਦਿਲ ਦੇ ਵਿੱਚ 4 ਚੇਂਬਰ ਆ ਉਹਨਾਂ ਵਿੱਚੋਂ ਹੌਲੀ ਹੌਲੀ ਉਹ ਚੇਂਬਰ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ ਅੱਛਾ ਉਹ ਜਦੋਂ ਚੇਂਬਰ ਬੰਦ ਹੁੰਦੇ ਆ ਔਰ ਬਲੱਡ ਫਲੋ ਬੰਦ ਹੋ ਜਾਂਦਾ ਦੈਨ ਹਾਰਟ ਫਟ ਜਾਂਦਾ ਹਾਰਟ ਅਟੈਕ ਆ ਜਾਂਦਾ ਤੁਸੀਂ ਦੇਖ ਲਓ ਚਾਹੇ ਗੂਗਲ 'ਤੇ ਸਰਚ ਮਾਰ ਕੇ ਦੇਖ ਲਓ 24 ਸਾਲ ਦੇ ਮੁੰਡੇ ਨੂੰ ਹਾਰਟ ਅਟੈਕ ਆ ਗਿਆ 30 ਸਾਲ ਦੇ ਮੁੰਡੇ ਨੂੰ ਆ ਗਿਆ 21 ਸਾਲ ਦੇ ਨੂੰ ਆ ਗਿਆ ਬਿਲਕੁਲ ਬਿਲਕੁਲ ਅਗਰ ਮੇਰੀ ਸਟੋਰੀ ਝੂਠੀ ਆ ਕਈ ਲੋਕ ਬੋਲਦੇ ਕਿ ਯਾਰ ਬਾਈ ਜੀ ਐਵੇਂ ਲੱਗੇ ਆ ਝੂਠ ਮਾਰਨ ਕੁਛ ਨਹੀਂ ਹੋਇਆ ਇੱਦਾਂ ਹੈ ਨਾ ਇਹ ਨਸ਼ਾ ਕਰਦਾ ਰਿਹਾ ਜਾਂ ਅੱਧਾ ਕਰਦਾ ਰਿਹਾ ਕੁਛ ਨਹੀਂ ਹੁੰਦਾ ਤੁਸੀਂ NA ਦਾ ਸਰਚ ਮਾਰ ਕੇ ਦੇਖੋ NA ਦਾ NA ਜਦੋਂ ਲਿਸਟ ਨਿਕਲੇਗੀ ਹੈ ਨਾ ਐਨਾਬੋਲਿਕ ਸਟੀਰੋਇਡ ਟੌਪ 'ਤੇ ਹੋਵੇਗੀ ਨਸ਼ਿਆਂ ਦੀ ਲਿਸਟ ਦੇ ਵਿੱਚ ਬਿਲਕੁਲ ਇਹ ਕੀ ਆ ਮੇਰੇ ਹਿਸਾਬ ਨਾਲ ਹਲੇ ਚਿੱਟੇ ਵਾਲਾ ਤਾਂ ਫਿਰ ਵੀ ਬਚ ਜਾਏਗਾ ਪਰ ਸਟੀਰੋਇਡਸ ਵਾਲਾ ਕਿੱਥੇ ਬਚੇਗਾ ਕਿਉਂਕਿ ਔਰਗਨ ਹੀ ਅੰਦਰੋਂ ਵੱਡਾ ਹੋ ਗਿਆ ਹਾਰਟ ਅਟੈਕ ਆ ਗਿਆ ਸਿੱਧੀ ਡੈਥ ਬਿਲਕੁਲ ਹੁਣ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਅਗਰ
कि तुसी यूज करो पर अगर तुहाडा तुसी मन बना ही लिया तो किसी डॉक्टर की सलाह लो जी। दोस्तों असी गलबात कर रहे हैं भाई संजीव होरां दे नाल क्योंकि बहुत सारे नौजवानों के जिहड़े आम करके मनां दे विच सवाल होंदे ने कि मैं शरीर बनाउणा मैं बॉडी बनाउणी आ तां मेरे लिए कोई साइड इफेक्ट तां नहीं होगा। बहुत सारियां गल्लां बातां कोशिश करांगे कि भाई जी उहनां दे नाल करिए। संजीव वीर जिवें मैं तुहानूं पहलां कह के तुहाडा तजर्बा खैर तजर्बा मेरी निगाह दे विच कोई बहुता चंगा नहीं रहा क्योंकि जिवें आम आपां देखदे हां कि नौजवान कहिंदे कि मैं शरीर बनाउणा जां मैं किसी खेड दे विच आउणा जां मेरा भार घटा मैं भार वधाउणा तो पाउडर जे लै लेंदे हुंदे आ इन्हां दा हुण मैनूं प्रोपर नाम नहीं पता भी उन्हां नूं की कहिंदे आ जिस तरह तुसीं दस रहे कि सप्लीमेंट दे विच आउंदे ने ते इह इन्हां दी की निशानी आ कि इह सही आ जां गलत आ कि लैणे चाहीदे आ जां नहीं जिहड़े इह चीज़ां ने। लै सकदे आ आपां सप्लीमेंट्स लै सकदे आ वे प्रोटीन लै सकदे आ पर गेनर नहीं गेनर जिन्ना भी यूथ अवॉयड करे क्योंकि गेनर वेस्टेज ऑफ मनी आ पैसे की बर्बादी आ। वे प्रोटीन कदों लवे जदों उसनूं तकरीबन 2 साल या 3 साल हो गए एक्सरसाइज करते हुए। हुण की हुंदा आ अपने डाइजेस्टिव सिस्टम की पाचन शक्ति की ना एक लिमिट हुंदी आ। हुण सोचो अगर एक जवाक नूं दुध ही नहीं पचदा पिया वो दुध पीने नूं लूज मोशन लग जांदे आ तो उहनूं सोचो डब्बा कित्थे पच जाएगा। हुण बहुत सारे मेरे भरा बोलदे आ कि डब्बा नैचुरल आ है ना कि भाई डब्बे नूं भी विच रगड़ दिंदे आ पंजाबी विच कहिंदा रगड़ दिंदे भाई डब्बे नूं भी विच पर इस विच सच्चाई है। अगर हुण तुहाडी मैच्योरिटी नहीं हैगी हुण एक ए जां कॉम्प्लान बॉर्नविटा पीन वाले उसनूं तुसीं प्रोटीन सप्लीमेंट फड़ा दो अगले का लीवर डैमेज होएगा। और अजकल दे ट्रेनर की करते पे आ अपने फायदे लिए जवाकों नूं सप्लीमेंट दिंदे पे आ जदकि उन्हूं सिर्फ तुसीं दुध ते घिओ ते जां नट्स ते जिहदा बदाम गिरियां हो गईआं या फ्रूट्स ते रखो उहदे नाल ही उहदी बॉडी ग्रो हो जाणी। बॉडी बॉडी बिल्डिंग इदां हो जाती है बिना सप्लीमेंट्स तो हो जाती है। एक मसल मीनिया फैडरेशन करके कंपनी है एक वो नैचुरल बॉडी बिल्डिंग प्रमोट करती है और ताड़ा प्रोपर डोप टेस्ट लेंदी है। अगर तुहानूं बॉडी बिल्डिंग का ही शौक है तुसीं वो भी कर सकते हो उहदे विच की प्रॉब्लम आ पर ट्रेनर जान बुझ के उसनूं प्रमोट नहीं करते क्योंकि उन्हें पता है अगर मैं ये कर दी मेरी कमीशन मर जाने जी जी। हुण तुहानूं एक होर मैं हैरान करन वाली गल दसदा आ कि जिन्ने भी ट्रेनर आ इन्हां दी कमीशनस लगियां होंदियां सप्लीमेंट्स ते तुसीं सानूं डब्बा बेचो तुहानूं 20% कमीशन देवांगे तुहानूं 25% कमीशन देवांगे। मैं 6 साल फिटनेस ट्रेनर रहा हाँ मेरे को खुद बंदे आते रहे कि 50% तक कमीशन से उन्होंने मैं ऑफर दी। अच्छा 50% संजीव इतने गल ये होंगी है जिस तरह तुम दस दौ कि चंगे भी है जड़िया चीज़ा असं वरत के बॉडी बिल्डिंग ज सेहत बना सकते परख किमें की जाए भी ये चीज़ पर भरोसा किमें किया जाए कि इतने कोई कहता है इंडियन आ कोई कहता फॉरन तो बन के आया कि भरोसा वे असलीयत की कोई भरोसा नहीं तुसीं पहचान ही नहीं सकते कि कहड़ा असली है कहड़ा नकली है। अज तो 10 साल पहला जो सप्लीमेंट आते हैं ना जो आप डब्बे नूं देखते सीगे सप्लीमेंट के उपर वर्डिंग देखते सी गलत लिखी होंदी सी उस तो पहचान हो जाती सी कि नकली आ पर अजकल दे लोकी स्मार्ट हो गए वह इकली कली चीज़ देखते हैं क्योंकि कितना ना कि असं खुद लोगों को स्मार्ट बनाया है। तुसीं यूट्यूब पर देख लो सर्च मारो कि फेक सप्लीमेंट की पहचान होनी है उन्होंने खुद ही दस देना वो अगला बंदा जो चोर आसी दस ही दिता कि तेरी चोरी अद्धा फड़ी जाती है उन्हें तो अपनी आदत सुधारनी है उन्हें अपना पैटर्न चेंज कर लेना जी। कभी तुम पहचान कर ही नहीं सकते कि कहड़ा असली है कहड़ा नकली है। बस इन्ना आ कि अगर तुहाडा कुछ बहुत खास बंदा आ कि जेडे तुम फेथ कर सकते हो फिर हो सकता है। हुण मैनू इन्ने रिटेलर जानते उन्होंने पता भी आ कि मैं सैमीनार्स दिंदा आ जां मैं खुद ट्रेनर हाँ एक बार मैनू फेक सप्लीमेंट फड़ाता। अच्छा मेरी एक आदत आ मैं कोई भी सप्लीमेंट लैना आ जां किसी नूं भी रैकमेंड करना आ पहला मैं उहदी ऑफिशियल वैबसाइट ते जांदा आ कि उह इंडिया दे विच अपना माल एक्सपोर्ट करदे भी पे आ कि नहीं जी जी जी। एक कंपनी सीगी सैन करके मैं सर्च मारिया उन्होंने साफ लिखा सी वड्डे शब्दां दे विच कि अपना असीं समान इंडिया विच भेजदे ही नहीं। मैं रिटेलर की शॉप ते गया उही प्रोडक्ट उहदे पे होए उत्थे मैं कहा भाई ओरिजिनल कहिंदा हाँ जी ओरिजिनल आ मैं कहा यार आ वैबसाइट दा दस्स दे कि अपना समान ही नहीं भेजीदा इंडिया दे विच बंदा चुप कर गया। इत्थे थोड़ा जिहा तुहानूं स्मार्ट होना पैणा। एक होर मैं तुहानूं गल दसदा हैरानी वाली जी। एक बार मैं एक पान शॉप ते गया। अच्छा। स्टोर सीगा पान दा मैं सॉफ्ट ड्रिंक फड़नी सीगी पान शॉप ते मैं सप्लीमेंट पे देखे डब्बे। अच्छा सप्लीमेंट दे मतलब हर किते बेक रहे हर किते लोकां ने अजकल बना लिया कि बस यूथ नूं फसाओ। मैं हस के गया मैं कहा भाई ओरिजिनल आ डब्बे कहिंदा भाजी ओरिजिनल आ मैं कहा की प्राइस आ कहिंदा भाजी उहदा 8,000 आ तुहानूं 5,000 दा लगा देवांगे तुहानूं 5,000 दा। पान वाला बंदा कहिंदा पिया है वो भैया कहिंदा पिया पान वाला एक बिहारी कि सप्लीमेंट उन्हें अपने डखे हुए हैं। मैं बड़ा हैरान होया देख के करियाने दी शॉपां ते सप्लीमेंट पे हुए हैं क्योंकि
किते ना किते अपना माइंडसैट उदां दा हो गया, अज दा यूथ दा खुराक तो विश्वास हट के सप्लीमेंट ते हो गया। मैं इत्थे आउण लग्गिया सी जदों एक्सरसाइज करदे बहुते नौजवानां नूं वेखदे आ, उह आस दे विच गल्लां करनगे कि मैं फलाना 3 किलो दा डब्बा लिआया, मैं नाल थोड़ियां जिहियां गोलियां वी लिआया, मेरे कोले टीके वी हैगे आ, तीजा दसूगा। इह सारियां चीज़ां जिहड़ियां साडे खिडारियां दे विच साडे नौजवानां च आ गईआं, तां किते ना किते खुराक आ जिहड़ी देसी उह हत्थां चों निकलदी जा निकलदी जा रही। बिल्कुल, इहदा इक रीज़न इह आ, तुहानूं मैं दसदा कि लोकी किद्दां ਗੱਲਾਂ ਦੇ ਵਿੱਚ ਫਸਾਉਂਦੇ ਆ। ਅੱਜ ਕੱਲ੍ਹ ਤੁਸੀਂ ਇੱਕ ਗੱਲ ਸੁਣੀ ਹੋਣੀ ਹੈ ਕਿ ਇੰਡੀਆ ਦੇ ਵਿੱਚ ਬੜਾ ਮਿਲਾਵਟੀ ਮਾਲ ਆਉਂਦਾ ਹੈ, ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਆ। ਬਿਲਕੁਲ, ਹੁਣ ਮੈਂ ਪੁੱਛਦਾ ਹਾਂ ਇਹਨਾਂ ਕੋ ਕਿ ਕਿੰਨੀ ਮਿਲਾਵਟ ਆ ਜੀ, 10%, 20%, 50% ਜਾਂ 100% ਮਿਲਾਵਟ ਕਿੰਨੀ ਹੋਏਗੀ? 5% ਹੋ ਜਾਏਗੀ ਵੱਧ ਤੋਂ ਵੱਧ, ਪਰ ਜਿਹੜੇ ਤੁਸੀਂ ਸਪਲੀਮੈਂਟ ਖਾਂਦੇ ਹੋ ਕੀ ਇਹਦੇ ਵਿੱਚ ਮਿਲਾਵਟ ਨਹੀਂ ਹੈਗੀ? ਕੀ ਸ਼ਿਓਰਿਟੀ ਹੈ ਕਿ ਓਰੀਜਨਲ ਆ? ਕੀ ਸ਼ਿਓਰਿਟੀ ਹੈ ਕਿ ਤੁਸੀਂ ਜੋ ਟੈਬਲੇਟਸ ਖਾਂਦੇ ਪਏ ਹੋ ਕਿ ਇਹ ਤੁਹਾਡੀ ਬੋਡੀ ਨੂੰ ਵਧੀਆ ਕਰੇਗੀ? ਬਾਹਰੋਂ ਤਾਂ ਬਹੁਤ ਖੂਬਸੂਰਤ ਲੱਗਦੀ ਆ, ਪਰ ਇਹ ਉਹ ਹਿਸਾਬ ਹੋ ਗਿਆ ਨਾ ਕਿ ਇੱਕ ਫਰਨੀਚਰ ਆਪਾਂ ਦੇਖਿਆ ਆ ਬਾਹਰੋਂ ਬੜਾ ਵਧੀਆ ਆ, ਪਰ ਅੰਦਰੋਂ ਘੋਂ ਉਹਨੂੰ ਖਾਂਦਿਆ, ਅੰਦਰੋਂ ਖੋਖਲਾ ਆ, ਇਹ ਚੱਕਰ ਆ। ਹੁਣ ਇਹਦੇ ਵਿੱਚ ਕੀ ਆ, ਮੈਂ ਤੁਹਾਨੂੰ ਦੱਸਦਾ ਅੱਜ ਦੇ ਯੂਥ ਦਾ ਕੀ ਹਿਸਾਬ ਆ ਜੀ। ਜੀ, ਯੂਥ ਕਿਉਂ ਬੋਡੀ ਬਣਾਉਣਾ ਚਾਹੁੰਦਾ ਆ? ਇਹਨਾਂ ਨੂੰ ਕੋਈ ਲਾਣਾ ਦੇਣਾ ਕਿ ਅਸੀਂ ਆਪਣੇ ਦੇਸ਼ ਦਾ ਨਾਂ ਉੱਚਾ ਕਰਨਾ ਆ, ਫੇਮ ਵਾਸਤੇ, ਫੇਮਸ ਹੋਣਾ ਆ, ਦੂਸਰੇ ਬੰਦੇ ਨੂੰ ਦਿਖਾਉਣ ਵਾਸਤੇ। ਤੀਸਰਾ ਜਿਹੜਾ ਸਭ ਤੋਂ ਵੱਡਾ ਰੀਜ਼ਨ ਆ, ਕੁੜੀਆਂ ਫਸਾਉਣ ਵਾਸਤੇ, ਕੁੜੀਆਂ ਵਾਲੀ ਬੋਡੀ ਬਣਾਉਂਦੇ ਆ ਕਿ ਹਾਂ ਯਾਰ ਕੁੜੀਆਂ ਸਾਡੇ ਵੱਲ ਦੇਖਦੀਆਂ ਆ। ਹਾਂ, ਆਹ 3 ਚੀਜ਼ਾਂ ਮੇਨ ਆ ਇਹਦੇ ਵਿੱਚ। ਕਿੱਥੇ ਆ, ਪਹਿਲਾ ਟਾਈਮ ਹੁੰਦਾ ਸੀਗਾ ਦਾਰਾ ਸਿੰਘ ਦਾ ਟਾਈਮ ਹੁੰਦਾ ਸੀਗਾ, ਬਿਲਕੁਲ, ਹਾਂ ਮੈਂ ਬੜੀ ਇੱਜ਼ਤ ਕਰਦਾ ਉਹਨਾਂ ਦੀ। ਫਿਰ ਇੱਕ ਸਾਡੇ ਬੋਡੀ ਬਿਲਡਰ ਆ ਮਿਸਟਰ ਯੂਨੀਵਰਸ ਪ੍ਰੇਮ ਚੰਦ ਡੇਗਰਾ ਜੀ, ਉਹ ਬੜੇ ਬਹੁਤ ਇੱਜ਼ਤ ਕਰਦਾ ਮੈਂ ਉਹਨਾਂ ਦੀ। 1988 ਦੇ ਵਿੱਚ ਉਹ ਮਿਸਟਰ ਯੂਨੀਵਰਸ ਬਣੇ, ਉਦੋਂ ਤਾਂ ਸਪਲੀਮੈਂਟ ਵੀ ਨਹੀਂ ਹੁੰਦੇ ਸੀ, ਅੱਜ ਕੱਲ੍ਹ ਤੁਸੀਂ ਹਾਈ ਫਾਈ ਜਿੰਮ ਦੇਖਦੇ, ਉਦੋਂ ਤਾਂ ਮਸ਼ੀਨਾਂ ਵੀ ਨਹੀਂ ਹੁੰਦੀਆਂ ਸੀ, ਪਰ ਉਹ ਬੰਦਾ ਕਿੱਦਾਂ ਮਿਸਟਰ ਯੂਨੀਵਰਸ ਬਣ ਗਿਆ? ਕਿਉਂਕਿ ਉਹਦਾ ਫੋਕਸ ਮਿਹਨਤ ਵੱਲ ਸੀ ਕਿ ਮੈਂ ਆਪਣੇ ਦੇਸ਼ ਦਾ ਨਾਂ ਉੱਚਾ ਕਰਨਾ। ਅੱਜ ਕੱਲ੍ਹ ਆਪਣੇ ਕੋਲ ਡਾਇਟ ਵੀ ਆ, ਆਪਣੇ ਨੂੰ ਯੂਟਿਊਬ ਤੋਂ ਨੌਲੇਜ ਮਿਲ ਜਾਂਦੀ ਆ, ਵਧੀਆ ਵਧੀਆ ਜਿੰਮ ਆ, ਪਰ ਫਿਰ ਵੀ ਕੋਈ ਬੰਦਾ ਉੱਥੇ ਤੱਕ ਨਹੀਂ ਪਹੁੰਚਦਾ, ਨਹੀਂ ਪਹੁੰਚ ਰਿਹਾ, ਕਿਉਂਕਿ ਫੋਕਸ ਹੀ ਹੈ ਨਹੀਂ ਗਾ। ਜਦੋਂ ਇੱਕ ਬੰਦੇ ਦਾ ਫੋਕਸ ਨਹੀਂ ਨਾ ਹੁੰਦਾ ਜੀ, ਉਦੋਂ ਕਦੀ ਵੀ ਗਰੋਥ ਨਹੀਂ ਹੁੰਦੀ, ਕਦੇ ਵੀ ਨਹੀਂ। ਬਿਲਕੁਲ ਸੰਜੀਵ ਭਾਈ, ਮੈਂ ਚਾਹੂੰਗਾ ਗੱਲਾਂ ਆਪਾਂ ਸਪਲੀਮੈਂਟ ਬਾਰੇ ਜਾਂ ਹੋਰ ਜੋ ਵੀ ਸਮਾਨ ਹੈ ਉਹਦੇ ਬਾਰੇ ਢੇਰ ਸਾਰੀਆਂ ਕਰ ਰਹੇ ਹਾਂ, ਮੈਂ ਉਸੇ ਤੁਹਾਡੀ ਗੱਲ 'ਤੇ ਆ ਰਿਹਾ ਜਦੋਂ ਤੁਹਾਨੂੰ ਇੱਕ ਉਸ ਦੌਰ ਨੇ ਘੇਰਿਆ ਸੀ ਜਦੋਂ ਬਹੁਤ ਮਾੜਾ ਸਮਾਂ ਸੀ। ਇੱਕ ਉਹ ਵੀ ਸਮਾਂ ਸੀ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਸੀ ਕਿ ਤੁਸੀਂ ਇਹ ਤੁਹਾਡਾ ਸਪਰਮ ਕਾਊਂਟ ਆ ਜਿਹੜਾ ਉਹ ਬਹੁਤ ਘੱਟ ਚੁੱਕਿਆ, ਤੁਸੀਂ ਸੈਕਸ ਦੇ ਤੌਰ 'ਤੇ ਜਿਹੜੇ ਉਹ ਕਾਮਯਾਬ ਨਹੀਂ ਹੈਗੇ। ਇਹ ਇੱਕ ਨੌਜਵਾਨ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਉਹਦੇ ਲਈ ਇਸ ਤੋਂ ਮਾੜੀ ਅਤੇ ਇਸ ਤੋਂ ਦੁਖਦਾਇਕ ਗੱਲ ਕੋਈ ਵੀ ਨਹੀਂ ਹੁੰਦੀ। ਕਿਵੇਂ ਸੋਚ ਰਹੇ ਸੀ ਉਸ ਸਮੇਂ ਜਦੋਂ ਤੁਹਾਨੂੰ ਪਤਾ ਲੱਗਿਆ? ਮੈਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੇਰਾ ਸਪਰਮ ਕਾਊਂਟ ਘੱਟ ਗਿਆ, ਹੁਣ ਇਹ ਸੋਚੋ ਇੱਕ 18-19 ਸਾਲ ਦਾ ਬੱਚਾ ਆ, ਡਾਕਟਰ ਉਹਨੂੰ ਕਹਿ ਦੇਵੇ ਕਿ ਅਗਰ ਇਹ ਪ੍ਰੋਬਲਮ ਤੇਰੀ ਨਾ ਠੀਕ ਹੋਈ ਤਾਂ ਇਹਨੇ ਫਿਊਚਰ ਫਾਦਰ ਨਹੀਂ ਬਣ ਸਕਦਾ, ਬਾਪ ਨਹੀਂ ਬਣ ਸਕਦਾ। ਇੱਕ 18-19 ਸਾਲ ਦਾ ਬੱਚਾ ਆ, ਉਹ ਬੰਦਾ ਸੁਣ ਕੇ ਸ਼ੌਕਡ ਹੋ ਜਾਂਦਾ, ਜਦਕਿ ਉਹ ਗਰੋਇੰਗ ਏਜ ਆ, ਉਹ ਵਧਣ ਫੁੱਲਣ ਦੀ ਏਜ ਆ। ਅਤੇ ਮੈਂ ਉਦੋਂ ਸੋਚਿਆ, ਕਾਫੀ ਤਰ੍ਹਾਂ ਦੀ ਮੈਡੀਸਨ ਖਾਧੀਆਂ, ਗੋਕਸ਼ੂਰਾ ਖਾਧੀ ਆ ਜਿਹੜੀ ਹਿਮਾਲਿਆ ਦੀ ਆਉਂਦੀ ਆ, ਬਹੁਤ ਤਰ੍ਹਾਂ ਦੀਆਂ ਖਾਧੀਆਂ, ਪਰ ਕੋਈ ਫਰਕ ਨਹੀਂ ਆਇਆ। ਤੁਸੀਂ ਉਦੋਂ ਕਿਸੇ ਨੂੰ ਦੱਸਿਆ ਸੀਗਾ ਡਾਕਟਰ ਕੋਲ ਜਾਣ ਤੋਂ ਪਹਿਲਾਂ? ਤੁਸੀਂ ਕਿਸੇ ਨਾਲ ਸਲਾਹ ਕੀਤੀ ਸੀ ਕਿ ਮੇਰੇ ਨਾਲ ਸਮੱਸਿਆ ਆ ਰਹੀ ਹੈ? ਮੈਂ ਆਪਣੇ ਦੋਸਤਾਂ ਨਾਲ ਕੀਤੀ ਸੀ ਐਡਵਾਈਸ, ਸਲਾਹ ਕੀਤੀ ਸੀਗੀ, ਕਿਉਂਕਿ ਇੱਦਾਂ ਦੇ ਆਪਣਾ ਸਮਾਜ ਇੱਦਾਂ ਦਾ ਆ, ਆਪਾਂ ਇੱਦਾਂ ਦੀਆਂ ਗੱਲਾਂ ਘਰ ਵਿੱਚ ਨਹੀਂ ਕਰ ਸਕਦੇ, ਕਿਉਂਕਿ ਡਰਦਾ ਆ ਬੰਦਾ ਕਿ ਮੇਰੇ ਮਾਂ ਬਾਪ ਕੀ ਸੋਚਣਗੇ, ਜਾਂ ਅਗਰ ਰਿਸ਼ਤੇਦਾਰੀ ਵਿੱਚ ਇਹ ਗੱਲ ਫੈਲ ਗਈ ਤਾਂ ਉਹ ਕੀ ਸੋਚਣਗੇ। ਜਦੋਂ ਤੁਸੀਂ ਆਪਣੇ ਦੋਸਤਾਂ ਨਾਲ ਗੱਲਬਾਤ ਕੀਤੀ ਤਾਂ ਫਿਰ ਅੱਗੋਂ ਕਿਹੋ ਜਿਹਾ ਉਹਨਾਂ ਦਾ ਹੁੰਗਾਰਾ ਰਿਹਾ? ਉਹਨਾਂ ਦਾ ਇਹੀ ਸੀਗਾ ਕਿ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ, ਕੁਛ ਇੱਦਾਂ ਦੇ ਵਰਡ ਬੋਲੇ ਕਿ ਕੀ ਹੋ ਗਿਆ ਤੂੰ ਨਾ ਮਰਦ ਬਣ ਗਿਆ ਜਾਂ ਗੇ ਬਣ ਗਿਆ, ਅਕਸਰ ਲੋਕ ਬੋਲਦੇ ਆ। ਅਤੇ ਜਦੋਂ ਇਹ ਚੀਜ਼ ਆਈ ਤਾਂ ਮੈਂ ਥੋੜ੍ਹਾ ਜਿਹਾ ਟੁੱਟ ਗਿਆ ਅੰਦਰੋਂ, ਕਿਉਂਕਿ ਆਪਾਂ ਦੋਸਤ ਇਸ ਵਾਸਤੇ ਬਣਾਉਂਦੇ ਹਾਂ ਕਿ ਜੋ ਗੱਲਾਂ ਆਪਾਂ ਫੈਮਿਲੀ ਨਾਲ ਸ਼ੇਅਰ ਨਹੀਂ ਕਰਦੇ ਉਸ ਨਾਲ ਕਰ ਸਕੀਏ, ਪਰ ਅਗਰ ਦੋਸਤ ਹੀ ਇੱਦਾਂ ਦੀ ਗੱਲ ਬੋਲੇ ਤਾਂ ਫਿਰ ਬੰਦਾ ਕਿੱਥੇ ਜਾਵੇ? ਤਾਂ ਮੈਂ ਫਿਰ ਇਕੱਲਾ ਇਕੱਲਾ ਰਹਿਣ ਲੱਗ ਗਿਆ, ਮੈਂ ਜ਼ਿਆਦਾ ਕਿਸੇ ਨਾਲ ਗੱਲ ਨਹੀਂ ਸ਼ੇਅਰ ਕਰਦਾ ਸੀਗਾ। ਮੈਂ ਆਪਣੀ ਜੋਬ 'ਤੇ ਜਾਣਾ, ਮੈਂ ਵਾਪਸ ਆਉਣਾ ਜੀ, ਮੈਂ ਸੋ ਜਾਣਾ ਰੂਮ ਦੇ ਵਿੱਚ, ਅਤੇ ਜ਼ਿਆਦਾ ਕਿਸੇ ਨਾਲ ਗੱਲ ਨਹੀਂ ਕਰਨੀ। ਜਦੋਂ ਇਹ ਚੀਜ਼ ਸੀਗੀ, ਹੁਣ ਬੰਦਾ ਜਦੋਂ ਗੱਲ ਇੱਕ ਸ਼ੇਅਰ ਨਹੀਂ ਕਰਦਾ ਪਿਆ, ਦਿਲ ਵਿੱਚ ਦਬਾਈ ਰੱਖਦਾ ਆ, ਉਹ ਜਦੋਂ ਦਿਲ ਵਿੱਚ ਗੱਲ ਦਿਖਾਉਂਦਾ ਹੈ ਨਾ, ਉਹਦਾ ਵਜ਼ਨ ਵਧਣ ਲੱਗ ਜਾਂਦਾ, ਉਹ ਜਦੋਂ ਵਜ਼ਨ ਵੱਧਦਾ ਆ ਉੱਥੇ ਬੰਦਾ ਬਣਦਾ ਡਿਪਰੈਸ਼ਨ ਦਾ ਮਰੀਜ਼। ਹੌਲੀ ਹੌਲੀ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਮੈਂ। ਮੈਂ ਬੋਲਣ ਲੱਗੇ ਮੇਰੀ ਜ਼ੁਬਾਨ ਕੰਬਣ ਲੱਗ ਗਈ, ਮੈਂ ਡਰਨ ਲੱਗ ਗਿਆ ਕਿ ਮੈਂ ਕੀ ਗੱਲ ਕਰਾਂ, ਮੇਰਾ ਕੌਨਫੀਡੈਂਸ ਲੋਅ ਹੋ ਗਿਆ, ਹਿੰਮਤ ਹੀ ਨਾ ਪਵੇ ਕਿ ਮੈਂ ਕੀ ਗੱਲ ਕਰਾਂ। ਫਿਰ ਮੈਂ ਜਦੋਂ ਸੋਚਿਆ ਕਿ ਸੂਸਾਈਡ ਕਰਾਂ, ਕਿ ਹੋਰ ਕੋਈ ਰਾਸਤਾ ਨਹੀਂ ਹੈਗਾ, ਪਰ ਕਿਤੇ ਨਾ ਕਿਤੇ ਕੋਈ ਚੀਜ਼ ਸੀ ਜਾਂ ਮੈਨੂੰ ਲੱਗਦਾ ਸੀ ਮੈਨੂੰ ਕੋਈ ਚੀਜ਼ ਰੋਕਦੀ ਪਈ ਆ। ਫਿਰ ਮੈਂ ਸੋਚਿਆ, ਉਦੋਂ ਮੈਂ ਇੱਕ ਡਿਸੀਜ਼ਨ ਲਿਆ ਵਾਂ ਕਿ ਚਲੋ ਮੈਂ ਸੂਸਾਈਡ ਨਹੀਂ ਕਰਦਾ, ਮੈਂ ਇਹ 'ਤੇ ਸਟੱਡੀ ਕਰਦਾ ਹਾਂ, ਕੀ ਪਤਾ ਜੋ ਮੈਨੂੰ ਪ੍ਰੋਬਲਮ ਆ ਹੋਰ ਵੀ ਮੇਰੇ ਭਰਾਵਾਂ ਨੂੰ ਹੋਵੇ।
ਕਿਉਂਕਿ ਹਰ ਕੋਈ ਗੱਲ ਸ਼ੇਅਰ ਨਹੀਂ ਕਰਦਾ ਬਿਲਕੁਲ ਇਹ ਗੱਲ ਹੀ ਇਦਾਂ ਦੀ ਇਹਨੂੰ ਕੋਈ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਜਿਸ ਤਰ੍ਹਾਂ ਅਗਰ ਮੈਂ ਅੱਜ ਤੁਹਾਡੇ ਨਾਲ ਬਹਿ ਕੇ ਗੱਲ ਕਰਦਾ ਪਿਆ ਹਾਂ ਮੇਰੇ ਵਰਗੇ ਹੋਰ ਵੀ ਬਹੁਤ ਵੀਰ ਆ ਬਿਲਕੁਲ ਪੰਜਾਬ ਵਿੱਚ ਬਹੁਤ ਆ ਇੰਡੀਆ ਵਿੱਚ ਬਹੁਤ ਆ ਪਰ ਡਰਦੇ ਆਉਂਦੇ ਨਹੀਂ ਅੱਗੇ ਇਹ ਸਮੱਸਿਆ ਹੀ ਸੈਕਸ ਦੀ ਇੱਦਾਂ ਇਹਦੇ ਬਾਰੇ ਖੁੱਲ੍ਹ ਕੇ ਕੋਈ ਗੱਲ ਹੀ ਨਹੀਂ ਕਰਦੇ ਅੰਦਰੋਂ ਅੰਦਰ ਹੀ ਲੁੱਟੇ ਜਾ ਰਹੇ ਆ ਹੁਣ ਕੀ ਹੋ ਰਿਹਾ ਜਦੋਂ ਤੁਸੀਂ ਗੱਲ ਖੁੱਲ੍ਹ ਕੇ ਕਰਦੇ ਨੇਗੇ ਉਹ ਜਿਹਨਾਂ ਲੋਕਾਂ ਨੇ ਤੁਹਾਨੂੂੰ ਇਹ ਕੰਮ ਦੇ ਵਿੱਚ ਫਸਾਇਆ ਆ ਤੁਹਾਡੀ ਇੱਦਾਂ ਦੀ ਹਾਲਤ ਕੀਤੀ ਉਹਨਾਂ ਦੇ ਹੌਸਲੇ ਵੱਧਦੇ ਆ ਉਹ ਕਹਿੰਦੇ ਆ ਕਿ ਯਾਰ ਮੈਂ ਇਹਨਾਂ ਇਹ ਕੀਤਾ ਇਹਨੇ ਕੀ ਕਰ ਲਿਆ ਮੇਰਾ ਕਿਸੇ ਨੇ ਕੀ ਵਿਗਾੜ ਲਿਆ ਅੱਜ ਮੇਰੀ ਪ੍ਰੋਬਲਮ ਆ ਕੱਲ੍ਹ 10 ਬੰਦਿਆਂ ਦੀ ਹੋਰ ਆ ਫਿਰ ਕੀ ਹੋਇਆ ਮੈਂ ਕੋਰਸ ਕੀਤਾ ਮੈਂ ਪਹਿਲਾਂ ਦਿੱਲੀ ਗਿਆ 2014 ਦੇ ਵਿੱਚ ਉੱਥੋਂ ਮੈਂ ਫਿਟਨੈਸ ਮੈਨੇਜਮੈਂਟ ਦਾ ਕੋਰਸ ਕੀਤਾ ਮੇਰਾ ਗੋਲਡ ਜਿਮ ਫਿਟਨੈਸ ਇੰਸਟੀਟਿਊਟ ਸੀਗਾ ਅੱਛਾ ਉੱਥੇ ਕੋਰਸ ਕੀਤਾ ਮੈਂ 3 ਮਹੀਨੇ ਦਾ ਉਹਨਾਂ ਥੋੜ੍ਹੀ ਬੇਸਿਕ ਨੌਲੇਜ ਆਈ ਅਤੇ ਮੈਨੂੰ ਸੀਗਾ ਕਿ ਮੈਂ ਥੋੜ੍ਹਾ ਡੀਪ ਵਿੱਚ ਜਾਵਾਂ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਇੱਦਾਂ ਆ ਕਿ ਇੱਥੇ ਨਾ ਤਾਂ ਫਿਟਨੈਸ ਫੀਲਡ ਨਾਲ ਰਿਲੇਟਿਡ ਕੋਈ ਕੋਰਸ ਹੁੰਦੇ ਆ ਅਤੇ ਨਾ ਕੋਈ ਹੈ ਮੇਰਾ ਖਿਆਲ ਤੁਸੀਂ 12 ਜਿਹੜੇ ਸਰਟੀਫਿਕੇਟ ਕੋਰਸ ਕਰ ਚੁੱਕੇ ਹੋ 12 ਹੋ ਗਏ ਮੇਰੇ ਇਸ ਵਕਤ ਔਰ ਉਹ 12 ਦਾ ਹਰ ਇੱਕ ਕੋਰਸ ਦੀ ਆਪਣੀ ਵੈਲਿਊ ਆ ਹਾਰਮੋਨਸ 'ਤੇ ਆਪਣਾ ਆ ਨਿਊਟ੍ਰੀਸ਼ਨ 'ਤੇ ਆਪਣਾ ਆ ਬਿਮਾਰੀਆਂ ਨੂੰ ਲੈ ਕੇ ਆਪਣਾ ਆ ਈਵਨ ਮੈਂ ਤਾਂ ਇਹ ਬੋਲਦਾ ਅਗਰ ਕਿਸੇ ਨੂੰ ਕੋਈ HIV ਪੋਜ਼ਿਟਿਵ ਆ ਤੁਸੀਂ ਮੇਰੇ ਕੋਲ ਭੇਜੋ ਮੈਂ ਡਾਇਟ ਨਾਲ ਉਹਨੂੰ ਸੈੱਟ ਕਰ ਦੇਵਾਂਗਾ ਡਾਇਟ ਨਾਲ ਠੀਕ ਹੋ ਜਾਵੇਗਾ ਨੌਲੇਜ ਵਿੱਚ ਇੰਨੀ ਪਾਵਰ ਆ ਇਹਦਾ ਇੱਕ ਇਹੀ ਪਰਪਜ਼ ਸੀਗਾ ਹੁਣ ਮੈਂ ਜਾਂਦਾ ਆ ਸਕੂਲਸ ਵਿੱਚ ਜਾਂਦਾ ਸੈਮੀਨਾਰ ਦੇਣ ਜਾਂਦਾ ਆ ਮੈਂ ਆਪਣੇ ਯੂਟਿਊਬ ਚੈਨਲ 'ਤੇ ਵੀਡੀਓਜ਼ ਪਾਉਂਦਾ ਸਿਰਫ ਇਸ ਵਾਸਤੇ ਕਿ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਜੀ ਤੁਸੀਂ 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 ਮੈਂ ਤੁਹਾਨੂੰ ਮਾਫ਼ੀ ਚਾਹੁੰਦਾ ਉਸੇ ਸਵਾਲ 'ਤੇ ਫਿਰ ਲੈ ਕੇ ਆਉਣਾ ਜਿਹੜੀ ਸੈਕਸ ਦੀ ਸਮੱਸਿਆ ਨਾਲ ਤੁਸੀਂ ਜੂਝ ਰਹੇ ਸੀ ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕੀਤੀ ਨਹੀਂ ਸਹੀ ਰਿਸਪੋਂਸ ਮਿਲਿਆ ਤੁਸੀਂ ਪਰਿਵਾਰ 'ਚ ਵੀ ਗੱਲ ਕੀਤੀ ਉਹ ਤੁਹਾਨੂੰ ਨਹੀਂ ਉਹ ਹੌਸਲਾ ਮਿਲਿਆ ਹੋਣਾ ਫਿਰ ਇਹ 'ਚੋਂ ਨਿਕਲੇ ਕਿਵੇਂ ਫਿਰ ਇੱਕ ਹੀ ਸਹਾਰਾ ਸੀਗਾ ਰੱਬ ਮੈਂ ਫਿਰ ਜਗ੍ਹਾ ਜਗ੍ਹਾ ਘੁੰਮਣਾ ਸ਼ੁਰੂ ਕੀਤਾ ਕਿ ਕਿਤੇ ਤਾਂ ਮੈਨੂੰ ਸਹਾਰਾ ਮਿਲੇ ਕਿਉਂਕਿ ਹੁਣ ਅਗਰ ਇੱਕ ਬੰਦਾ ਮਰਦਾ ਪਿਆ ਆ ਕਹਿਣੇ ਦੇ ਅਗਰ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਕਾਫੀ ਆ ਘੁੰਮਿਆ ਮੈਂ ਬਹੁਤ ਜਗ੍ਹਾ ਘੁੰਮਿਆ ਪਰ ਮੈਨੂੰ ਜੋ ਚੀਜ਼ ਚਾਹੀਦੀ ਸੀ ਮਿਲੀ ਨਹੀਂ ਚੱਕਰ ਕਿਤੇ ਸੀ ਨੌਲੇਜ ਦੀ ਕਮੀ ਹਾਰ ਕੇ ਮੈਂ ਜਿਹੜੀਆਂ ਹੁੰਦੀਆਂ ਆ ਆਪਣੇ ਗ੍ਰੰਥ ਹੁੰਦੇ ਆ ਹੋਲੀ ਬੁੱਕਸ ਹੁੰਦੀਆਂ ਮੈਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ ਬਾਈਬਲ ਬੜੀ ਪੜ੍ਹਦਾ ਮੈਂ ਬਾਈਬਲ ਜਦੋਂ ਮੈਂ ਪੜ੍ਹੀ ਉਹਦੇ ਵਿੱਚ ਕੁਛ ਅੱਧਾ ਦੇ ਵਰਸਿਸ ਆਈਆਂ ਕੁਛ ਅੱਧਾ ਦੇ ਵਚਨ ਆਏ ਜਿਸ ਨੇ ਮੇਰੇ ਦਿਲ ਨੂੰ ਬਦਲ ਕੇ ਰੱਖ ਦਿੱਤਾ ਖੁਦਾ ਨੇ ਗੱਲ ਬੋਲੀ ਕਿ ਚਾਹੇ ਤੈਨੂੰ ਪੂਰੀ ਦੁਨੀਆ ਛੱਡ ਦੇਵੇ ਪਰ ਮੈਂ ਤੈਨੂੰ ਨਹੀਂ ਛੱਡੂੰਗਾ ਮੈਨੂੰ ਬਸ ਇਹੀ ਚੀਜ਼ ਚਾਹੀਦੀ ਸੀ ਮਤਲਬ ਤੁਹਾਡੇ ਮਨ ਨੂੰ ਅੰਦਰੋਂ ਜਿਹੜਾ ਹੌਸਲਾ ਮਿਲਿਆ ਤੁਸੀਂ ਅੰਦਰੋਂ ਤਾਕਤਵਰ ਬਣੇ ਸੰਜੀਵ ਵੀਰ ਮੇਰੀ ਇਹ ਜਿਹੜੀ ਅਗਲੀ ਗੱਲ ਵੱਲ ਤੁਹਾਨੂੰ ਮੈਂ ਲਿਜਾਣਾ ਚਾਹੁੰਦਾ ਉਹ ਇਹ ਹੈ ਕਿ ਜਿਹੜੇ ਅੱਜ ਦੇ ਨੌਜਵਾਨ ਨੇ ਬੋਡੀ ਬਿਲਡਿੰਗ ਵੱਲ ਆਉਣਾ ਚਾਹੁੰਦੇ ਨੇ ਜਾਂ ਸਿਹਤ ਬਣਾਉਣੀ ਚਾਹੁੰਦੇ ਨੇ ਜਾਂ ਉੱਦਾਂ ਦਰਸ਼ਨੀ ਸਰੀਰ ਵੈਸੇ ਬਣਾਉਣਾ ਚਾਹੁੰਦੇ ਨੇ ਜਿਵੇਂ ਤੁਸੀਂ ਕਿਹਾ ਕਿ ਸ਼ੌਂਕੀਆ ਤੌਰ 'ਤੇ ਬਣਾਉਂਦੇ ਨੇ ਉਹਨਾਂ ਲਈ ਕੋਈ ਕੀ ਸਲਾਹ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਿਰਫ ਇਹੀ ਐਡਵਾਈਸ ਦੇਵਾਂਗਾ ਕਿ ਅਗਰ ਤੁਸੀਂ ਪ੍ਰੋਫੈਸ਼ਨਲੀ ਗੇਮ ਕਰਨਾ ਚਾਹੁੰਦੇ ਹੋ ਫਿਰ ਹੀ ਸਪਲੀਮੈਂਟ ਯੂਜ਼ ਕਰੋ ਪਰ ਉਹ ਵੀ ਕਿਸੇ ਐਕਸਪਰਟ ਬੰਦੇ ਦੀ ਐਡਵਾਈਸ ਲੈ ਕੇ ਹੁਣ ਜਿੰਨਾ ਵੀ ਮੇਰਾ ਯੂਥ ਆ ਜਿੰਨੇ ਵੀ ਇਹ ਵੱਡੇ ਵੱਡੇ ਬੋਡੀ ਬਿਲਡਰ ਦੇਖਦੇ ਚਾਹੇ ਰੋਨੀ ਕੋਲਮੈਨ ਆ ਚਾਹੇ ਫਿਲ ਹੀਥ ਆ ਚਾਹੇ ਜੇ ਕਟਲਰ ਆ ਇਹਨਾਂ ਨੂੰ ਨਾ ਪਤਾ ਹੋਣੇ ਸਾਰਿਆਂ ਦੇ ਉਹਨਾਂ ਦੇ ਆਪਣੇ ਟ੍ਰੇਨਰ ਆ ਉਹ ਵਰਲਡ ਚੈਂਪੀਅਨ ਹੋ ਗਏ ਉਹਨਾਂ ਨੇ ਕੋਚ ਰੱਖੇ ਹੋਏ ਆ ਉਹ ਵੀ ਐਜੂਕੇਟਿਡ ਹੁਣ ਤੁਸੀਂ ਇੱਕ ਗੱਲ ਨੋਟ ਕਰੋ ਤੁਸੀਂ ਹਸਪੀਟਲ ਜਾਂਦੇ ਹੋ ਜੀ ਤੁਸੀਂ ਡਾਕਟਰ ਦੀ ਕੁਆਲੀਫਿਕੇਸ਼ਨ ਦੇਖਦੇ ਹੋ ਕਿ MBBS ਕੀਤੀ ਹੈ ਕੀ ਇਹਦੀ ਕੁਆਲੀਫਿਕੇਸ਼ਨ ਆ MD ਆ ਜਾਂ ਕੀ ਹੈ ਇਹ ਸੋ ਤੁਸੀਂ ਦੇਖਿਆ ਆ ਕਿ 8ਵੀਂ ਫੇਲ ਬੰਦਾ ਟ੍ਰੇਨਿੰਗ ਦਿੰਦਾ ਪਿਆ ਆ ਕਈ ਇੱਥੇ ਆਪਣੇ ਯੂਥ ਵੀ ਗਲਤ ਆ ਹੁਣ ਆਪਣੀ ਬੋਡੀ ਦੇ ਵਿੱਚ ਆਪਣੀ ਖੁਦ ਦੀ ਬੋਡੀ ਬਣਾਉਣੀ ਅਤੇ ਕਿਸੇ ਦੀ ਬੋਡੀ ਬਣਾਉਣ ਦੇ ਵਿੱਚ ਬੜਾ ਫਰਕ ਹੈ ਬਿਲਕੁਲ ਕਿਉਂਕਿ ਆਪਾਂ ਨੂੰ ਆਪਣੀ ਇੱਕ ਵੀਕਨੈਸ ਪਤਾ ਆ ਆਪਾਂ ਨੂੰ ਆਪਣੀ ਮੋਟੀਵੇਸ਼ਨ ਪਤਾ ਆ ਹਰ ਇੱਕ ਚੀਜ਼ ਪਤਾ ਆਪਾਂ ਨੂੰ ਪਤਾ ਆਪਾਂ ਕੀ ਡਾਇਟ ਲੈਂਦੇ ਹਾਂ ਅਗਲੇ ਬੰਦੇ ਨੂੰ ਕੀ ਪਤਾ ਕੀ ਚੱਲਦਾ ਪਿਆ ਜਦਕਿ ਫਿਟਨੈਸ ਫੀਲਡ ਤਾਂ ਸਾਰੀ ਹੈਗੀ ਮੈਡੀਕਲ ਨਾਲ ਰਿਲੇਟਡ ਆ ਇਹਦੇ ਵਿੱਚ ਜਿੰਨੀ ਵੀ ਸਟੱਡੀ ਆ ਸਾਰੀ ਸਾਇੰਸ ਬੇਸਡ ਆ ਹੁਣ ਜਿੰਨਾ ਵੀ ਅਗਰ ਯੂਥ ਇਸ ਵਿੱਚ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਤਾਂ 10th ਤੋਂ ਬਾਅਦ ਮੈਡੀਕਲ ਰੱਖੇ ਫਿਰ ਹੀ ਫਾਇਦਾ ਆ ਅਦਰਵਾਈਜ਼ ਕੋਈ ਫਾਇਦਾ ਨਹੀਂਗਾ ਅੱਛਾ ਵੀਰ ਇੱਕ ਗੱਲ ਮੈਨੂੰ ਦੱਸੋ ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਫਲਾਣੇ ਬੰਦੇ ਨੇ ਸਮਾਨ ਕੀਤਾ ਸੀ ਪੇਂਡੂ ਭਾਸ਼ਾ ਦੇ ਵਿੱਚ ਕਹਿੰਦੇ ਹੁੰਦੇ ਆ ਉਹਨੇ ਆਹ ਚੀਜ਼ ਲਈ ਸੀ ਉਹਨੇ ਆਹ ਚੀਜ਼ ਵਰਤੀ ਸੀ ਉਹਨੇ ਫਲਾਣੇ ਟੀਕੇ ਲਾਏ ਸੀ ਹੁਣ ਵਾਸ਼ ਕਰਵਾ ਦਿੱਤਾ ਇਹ ਕੀ ਹਿਸਾਬ ਕਿਤਾਬ ਹੁੰਦਾ ਕਦੇ ਵੀ ਕੋਈ ਵੀ ਸਟੀਰੋਇਡ ਵਾਸ਼ ਨਹੀਂ ਹੁੰਦਾ ਤੁਸੀਂ ਮੈਂ ਇੱਕ ਐਗਜ਼ਾਮਪਲ ਦਿੰਦਾ ਹਾਂ ਆਪਣੇ ਕੋਲ ਇੱਕ ਪਾਣੀ ਦਾ ਗਲਾਸ ਆ ਉਹਦੇ ਵਿੱਚ ਮੈਂ ਨਿੰਬੂ ਨੂੰ ਚੋੜ ਦੇਵਾਂ ਘੋਲ ਦੇਵਾਂ ਹੁਣ ਇੱਕ ਨਿੰਬੂ ਮੈਨੂੰ ਅਲੱਗ ਕਰਕੇ ਦਿਖਾਓ ਅਤੇ ਪਾਣੀ ਅਲੱਗ ਕਰਕੇ ਦਿਖਾਓ ਹੋ ਹੀ ਨਹੀਂ ਸਕਦਾ ਉਹ ਜਿਹੜਾ ਬਾਅਦ ਵਿੱਚ ਕੋਰਸ ਕਰਵਾਉਂਦੇ ਆ ਉਹ ਸਿਰਫ ਤੁਹਾਡੇ ਹਾਰਮੋਨਸ ਨੂੰ ਬੈਲੈਂਸ ਕਰਨ ਲਈ ਆ ਅੱਛਾ ਕਿਉਂਕਿ ਜਦੋਂ ਆਪਾਂ ਸਟੀਰੋਇਡਸ ਲੈਂਦੇ ਹਾਂ ਹੈ ਨਾ ਆਪਣੇ ਹਾਰਮੋਨ ਇਨਬੈਲੈਂਸ ਹੋ ਜਾਂਦੇ ਆ ਇਸੇ ਕਰਕੇ ਆਪਾਂ ਨੂੰ ਸੈਕਸੁਅਲ ਇਸ਼ੂਜ਼ ਆਉਂਦੇ ਆ ਇਸੇ ਕਰਕੇ ਆਪਾਂ ਨੂੰ ਡਿਪਰੈਸ਼ਨ ਹੁੰਦਾ ਆ ਹੁਣ ਕੀ ਹੁੰਦਾ ਆ ਇੱਕ ਸਿੰਪਲ ਲੈਂਗੁਏਜ ਵਿੱਚ ਬੋਲਾਂ ਮੈਂ ਸਿੰਪਲ ਲੈਂਗੁਏਜ ਵਿੱਚ ਬੋਲਾਂ ਆਪ ਕੁਦਰਤ ਦਾ ਇੱਕ ਰੂਲ ਆ ਆਪਣੀ ਬੋਡੀ ਆ ਇਹ ਗੱਲ ਮੈਨੂੰ ਵੀ ਨਹੀਂ ਪਹਿਲਾਂ ਪਤਾ ਸੀ ਐਵਰੀ 3 ਮੰਥ 4 ਮੰਥ ਬਾਅਦ ਆਪਣਾ ਖੂਨ ਆਪਣੇ ਆਪ ਨਵਾਂ ਬਣ ਜਾਂਦਾ ਹੈ ਬਦਲਦਾ ਆਪਣੇ ਆਪ ਬਦਲ ਜਾਂਦਾ ਹੈ ਆਪਣੇ ਹਾਰਮੋਨਸ ਸਹੀ ਹੋ ਜਾਂਦੇ ਸਾਰਾ ਕੁਝ ਪਰਫੈਕਟ ਹੋ ਜਾਂਦਾ ਪਰ ਇੱਥੇ ਤੁਹਾਨੂੰ ਇੱਕ ਸਟੈਪ ਲੈਣ ਦੀ ਜ਼ਰੂਰਤ ਆ ਜਦੋਂ ਆਪਣਾ ਖੂਨ ਚੇਂਜ ਹੋਵੇ ਉਦੋਂ
100% इलाज डाइट आ, कोई मेडिसन नहीं हैगी। मेडिसन सिर्फ टैंपररी आ, कुछ टाइम के लिए, परमानेंट नहीं हैगी। परमानेंट सोल्यूशन सिर्फ डाइट आ जी। जिनी तुसी अपनी खुराक अच्छी रखोगे उन्ना वधिया है। वधिया अज का यूथ देख लो, देसी घ्यो नहीं खाता। बिल्कुल पहला टाइम देसी घ्यो खाते, डिप्रैशन की कभी प्रॉब्लम ही नहीं सुनी सी। ज्यादा देसी घ्यो खाना बंद किया, डिप्रैशन की प्रॉब्लम बढ़ गई, शुरू हो गई। बदाम गिरियां खानिया बंद करती, ये फैट आ जी आ ज्यादा, अदर चीज़ा बंद कीतियां आ, डिप्रैशन बढ़िया है। अच्छा भाई जी, आखिरी सवाल है जोड़ा मेरा तू। मन लो किसी ने समान कर भी लिया, किसी ने स्टीरोयड ले लिया, किसी ने सप्लीमेंट ले लिया, किसी ने कुछ होर भी ले लिया, जो भी चल रहा है गोलियां वगैरह जिन्ना कुछ भी सेहत बनाने लिए, बेशक वो नौजवानों ने यह कि साड़ी सेहत बन रही है, पर पिछे कुछ अजिहे दिमाग काम कर रहे हैं जिहड़े वो बन नहीं दे रहे, गलत चीज़ां रला के उन्होंने अपना धंधा कर रहे हैं। तुसीं इस चीज़ चों लंघे हो, तुसीं इस चीज़ ने अपना तन जिहड़ा वो हंडाया गा, तुसीं इस संताप नूं भोगिया गा। हाँ जी, आखिर दे विच मैं तुहानूं इही पुछांगा कि मान लो जे किसी नौजवान नूं इन्हां समस्यावां नाल जूझना पै जांदा, शरीर दे विच नुक्स पै जांदे ने, शरीर सैक्स वर्गियां अलामतां आ घेरदियां ने ते होर बहुत सारियां समस्यावां घेरदियां, मानसिक तनाव आ जांदा, इन्हां चीज़ां तों राहत मिल सकदी आ? बिल्कुल मिल सकदी आ। देखो मैं बॉडी बिल्डिंग नूं ब्लेम नहीं करदा, इहदे विच बॉडी बिल्डिंग नहीं गलत हैगी, जिहदे पिछे बंदे आ ना उह इहनूं गलत करदे पए आ। हुण आर्नोल्ड दी वर्ल्डिंग आ कि बॉडी बिल्डिंग गलत डायरेक्शन वल जांदी आ, सारिआं नूं आर्नोल्ड दा पता है। बिल्कुल। हुण अगर तुहानूं प्रॉब्लम हो गई आ, पहला स्टैप इह आ तुसीं अपने बॉडी टैसट करवाओ। बिल्कुल। फुल बॉडी टैसट करवाओ, अपने होरमोनस दे, अपने दिल दे, अपने लीवर दे, किडनीज़ दे, पूरे बॉडी टैसट करवाओ और देखो कि मैनूं मेन प्रॉब्लम कित्थे आ। और जो मैनू मेन प्रॉब्लम लीवर दे विच सी और मैं सैक्सुअल इशूज सके, मेरे होरमोनस दे विच प्रॉब्लम सी और मेरे लीवर दे विच प्रॉब्लम सी, मैं सिर्फ उहदे उपर काम कीता और मैं ठीक हो गया। बिल्कुल। हुण लोकी की करदे, उन्होंने पता ही नहीं मेरी प्रॉब्लम की है, कित्थे आ प्रॉब्लम। पहला स्टैप यह है कि तुसीं अपनी प्रॉब्लम देखो की है, समस्या कित्थे है। बिल्कुल। जो समस्या पता लग जाए है ना, अपने आप सॉल्व हो जाती है, चाहे जिनी मर्जी वड्डी प्रॉब्लम होवे। हुण मैं लास्ट में सिर्फ मैं यही मैसेज देना चाहता हाँ कि जिन्ना भी यूथ संभल के रहे, अपने विच सबर रखे। कोई भी अगर तुसी मिस्टर ओलंपिया बनना आ, तुसी कुछ भी तुहाडी गेम आ, मैं तुहानू रोकदा नहीं गा, पर समझदारी नाल काम लवे। बिल्कुल। ये तपस्या आ 10-15 साल की, 20 साल की, अगर तो तुसी कर सकते हो तो करो, शॉर्टकट ना अपनाओ और फिटनेस कोर्सिज करो, स्टडी करो, ट्रेनर की क्वालिफिकेशन देखो। बिल्कुल। बाकी अगर कोई मेरा भरा स्कूल्स दे विच या कॉलेज दे विच सैमीनार करवाना चाहता है तो बेशक करवाओ, मैं फ्री ऑफ कॉस्ट दे विच सैमीनार दिंदा हां कि थोड़ा यूथ नूं पता लगे। बाकी कोई भी प्रॉब्लम आ तुसी मैनूं ईमेल कर सकते हो, मैं सोशल मीडिया से एक्टिव हाँ, मैं मैसेज कर सकते हो, मैं फ्री ऑफ कॉस्ट एडवाइस दिंदा हां। तुसी अपना ईमेल एड्रेस एक बार जरूर बोलो। मेरा ईमेल एड्रेस है beingsurvivor97@gmail.com beingsurvivor97@gmail.com जी। सो भाई जी, तुसीं साडे अज दे इस प्रोग्राम दे विच दर्शकां दे नाल सांझ पाई, बहुत सारियां कीमती गल्लां अपनी जिंदगी दे विचों दसियां, इक वड्डा तजर्बा सांझा कीता। असीं तुहाडा डेली आवाज़ वल्लों ते समुचे दर्शकां वल्लों बहुत बहुत धन्नवाद करदे। सो दोस्तों, ये सन संजीव जलंधर तो जिन्हां ने अपने बॉडी बिल्डिंग दे, अपने सेहत नाल जुड़े हुए पूरे जिहड़ा इक घटनाक्रम नूं साडे नाल सांझा कीता। खेड कोई भी माड़ी नहीं है, स्पोर्ट्स सेहत बनाउण लई हुंदी है, भावें उह कबड्डी है, भावें बॉडी बिल्डिंग है। जिस तरह भाई हुणां ने दस्सिया, गेमां कोई भी माड़ियां नहीं ने, खेडां सेहत बनाउण दे लई हुंदियां ने, ना कि बिगाड़न दे लई। बिगाड़न दे विच कुछ पक्ष हुंदे ने जिहड़े असीं गलत राहां ते पै जांदे आ, इस लई खेडां दे नाल, बॉडी बिल्डिंग दे नाल, कबड्डी दे नाल, वक्खो वक्खरे फील्ड दे नाल जुड़े रहो, अगे वधो। तुहाडे लई शुभकामनावां ने, पर नाल दी नाल अपने मन नूं थोड़ा खोल के चलो ता कि गलत हाथों के जाने तो अपनी सेहत को, अपनी जिंदगी रोकया जा सके। उम्मीद है साडा अज्ज दा ये प्रोग्राम तुहानूं जरूर कुछ ना कुछ चंगा देखे जाएगा। इस उम्मीद के नाल मैनू भी टू चक वाले हुंदे हो इजाजत, धन्यवाद।